ਐ ਨਰਕ ਨਾ ਜਾਈਐ ਜੀਉ ਪਿੰਡ ਸਭ ਦਿਸਦਾ ਦੇ ਖਾਜੈ ਆਖ ਗਵਾਈਐ। ਨਾ ਤੇਰਾ ਨਿਰੰਕਾਰ ਹੈ, ਤੇਰਾ ਨਾਉ ਨਿਰੰਕਾਰ ਹੈ। ਸੰਬੋਧਨ ਹੈਗਾ ਇੱਕ ਨੂੰ, ਇੱਕ ਨੂੰ ਇੱਕ ਹੀ ਇੱਕ ਹੈ ਸਾਰੇ। ਸਾਬਤ ਸੂਰਤ ਜਿਹੜਾ ਹੈ ਜੋਤ ਹੈ ਉਹ ਨਿਰੰਕਾਰ ਹੈ। ਜਦੋਂ ਸਾਬਤ ਸੂਰਤ ਨਹੀਂ ਹੈ ਫਿਰ ਨਿਰਾਕਾਰ ਤਾਂ ਹੈ, ਨਿਰੰਕਾਰ ਨਹੀਂ ਹੈ। ਜ਼ਿਆਦਾ ਦਾਲ ਹੈ ਫਿਰ ਨਿਰੰਕਾਰ ਨਹੀਂ ਹੈ, ਨਿਰਾਕਾਰ ਹੈ। ਗੁਣ ਨਿਰਾਕਾਰ ਵਾਲਾ ਹੈ ਪਰ ਨਿਰੰਕਾਰ ਨਹੀਂ, ਇੱਕ ਨਹੀਂ ਨਾ ਹੈਗਾ। ਸੂਰਤ ਸਾਬਤ ਨਹੀਂ ਹੈਗੀ, ਦਾਲ ਹੈ। ਦਾਲ 'ਚ ਗੁਣ ਹੁੰਦੇ ਨੇ, ਦਾਣੇ ਵਾਲੇ ਹੀ ਹੁੰਦੇ ਨੇ, ਪਰ ਨਿਰੰਕਾਰ ਉੱਗ ਨਹੀਂ ਸਕਦਾ, ਉਹ 'ਚੋਂ ਜੰਮਦਾ ਨਹੀਂ ਹੈ ਬੀਜ। ਉਹ ਨਿਰੰਕਾਰ ਰਹਿੰਦਾ ਆਪਣੇ ਦੇਸ਼ ਦੇ ਵਿੱਚ, ਨਿਰਾਕਾਰ ਅੱਧਾ ਆਪਣੇ ਦੇਸ਼ 'ਚ ਰਹਿੰਦਾ, ਅੱਧਾ ਆਪਣੇ ਦੇਸ਼ ਨਹੀਂ ਰਹਿੰਦਾ, ਅੱਧਾ ਮਾਇਆ 'ਚ ਰਹਿੰਦਾ। ਅੱਧਾ ਵੀ ਆਪਣੇ ਦੇਸ਼ ਦੇ ਵਿੱਚ ਨਹੀਂ ਕਹਿ ਸਕਦੇ ਰਹਿੰਦਾ, ਅੱਧਾ ਮਾਇਆ 'ਚ ਲਿਪਤ ਨਹੀਂ ਹੁੰਦਾ, ਪਰ ਉਹ ਸਹਿਜ ਸੁਣ ਕੇ ਘੱਟ ਰਹਿੰਦਾ। ਨਾ ਨਿਰੰਕਾਰ ਕੇ ਦੇਸ਼ ਹੈ ਨਾ ਮਾਇਆ 'ਚ। ਉਹ ਜਿਹੜਾ ਹੈ ਨਾ ਅੱਜ ਉਹ ਬਲਕੇ ਦੁਆਰ ਖੜਾ, ਜਿਹੜਾ ਦਰਵਾਜ਼ੇ 'ਤੇ ਖੜਾ ਕਹਿੰਦੇ ਨੇ ਬਲ ਰਾਜਾ, ਉਹ ਦੁਆਰੇ 'ਤੇ ਖੜਾ। ਜਦ ਕਬੀਰ ਕਹਿੰਦੇ ਮਰੂ ਤੋਂ ਹਰਕਾ ਦੁਆਰ, ਦੁਆਰ ਦੇ ਉੱਤੇ ਮਰੂਗਾ, ਨਾ ਉੱਧਰ ਮਾਇਆ ਨਾ ਮਾਇਆ ਹੀ ਉੱਥੇ, ਮਾਇਆ ਤੋਂ ਵੀ ਭਰੇ ਹੈ। ਅਤੇ ਨਿਰੰਕਾਰ ਦੇ ਦੇਸ਼ ਤੋਂ ਵੀ ਭਰੇ ਹੈ, ਵਿਚਾਲੇ ਜਿੱਥੇ ਦੋਹਾਂ ਦੀ ਹੱਦ ਮਿਲਦੀ ਹੈ, ਸਹਿ ਸੁਣ ਕੇ ਘਾਟ ਹੈ ਉੱਥੇ, ਤ੍ਰੇਤੇ ਦੀ ਅਵਸਥਾ ਉੱਥੇ, ਨਾ ਮਾਇਆ 'ਚ ਹੈ। ਤਰੇ ਭਵਣ ਸੁਨਮ ਸੁਨ, ਤਰੇ ਭਵਣ ਸੁਨਮ ਸੁਨਮ, ਨਾ ਮਾਇਆ ਦੇ ਵਿੱਚ ਹੈ, ਮਾਇਆ ਤੋਂ ਵੀ ਭਰਿਆ, ਮਾਇਆ 'ਤੇ ਲਿਪਤ ਨਹੀਂ ਹੈ। ਆਪਣੇ ਦੇਸ਼ ਆਪਣੇ ਨਿੱਜ ਘਰ 'ਚ ਵੀ ਨਹੀਂ ਹੈ, ਵਿਚਕਾਰ ਹੈ। ਜਦ ਇਹ ਸਾਬਤ ਸੂਰਤ ਹੋ ਜਾਂਦਾ, ਜਾਗਰਤ ਅਵਸਥਾ ਦੇ ਵਿੱਚ, ਜਾਗਰਤ ਅਵਸਥਾ 'ਚ ਹੁੰਦਾ ਇੱਕ ਹੁੰਦਾ, ਫਿਰ ਇਹਨੂੰ ਕਿਹਾ ਨਾ ਤੇਰਾ ਨਿਰੰਕਾਰ ਹੈ, ਨਿਰੰਕਾਰ ਹੈ। ਇੱਕ ਦਾ ਹੀ ਨਾਂ ਨਿਰੰਕਾਰ ਹੈ, ਇੱਕ ਇੱਕ ਨੇ ਸਾਰੇ ਉੱਥੇ। ਨਾਨਕ ਨਿਰੰਕਾਰੀ ਹੈ, ਨਾਨਕ ਨਿਰੰਕਾਰ ਹੈ, ਪਰ ਜੋਤ ਕਰਕੇ ਹੈ, ਸਰੀਰ ਕਰਕੇ ਨਹੀਂ ਹੈ। ਸਰੀਰ ਕਰਕੇ ਨਿਰੰਕਾਰ ਨਹੀਂ ਹੈ ਨਾਨਕ। ਨਾਰਾਇਣ ਜਿਹੜਾ ਹੁੰਦਾ ਜੋਤ ਹੁੰਦੀ ਹੈ, ਸਰੀਰ ਨਹੀਂ ਹੁੰਦਾ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਜਗ ਮੈਂ ਤਾਂ ਸਾਰਾ ਹੀ ਨਾਰਾਇਣ ਹੈ। ਫਿਰ ਨਰ ਦੇ ਜਿਹੜਾ ਨਾਲ ਦਾ ਜੀ, ਜੋ ਨਰ ਦੀ ਪੈਦਾਇਸ਼ ਹੁੰਦੀ ਹੈ ਉਹ ਨਾਰਾਇਣ ਹੈ, ਪਰਾਤਮਾ ਨਾਰਾਇਣ ਹੈ। ਇਹ ਜੋ ਪੈਦਾ ਹੋਇਆ ਹੋਇਆ ਨਰ ਹੈ ਜਿਹੜਾ ਗਰਭ ਕੁੰਡਲ ਦੇ ਵਿੱਚ ਹੈ, ਅਤੇ ਰੇ ਨਰ ਜਿਹਨੂੰ ਹੈ ਨਾ, ਰੇ ਨਰ ਗਰਭ ਕੁੰਡਲ ਮੈਂ ਆਛਤ ਉਰਦੂ ਧਿਆਨ ਲੈ ਬਲਾਗਾ। ਜੀਵਾਤਮਾ ਨਰ ਹੈ ਜੇ, ਤਾਂ ਜਿਹਦੇ ਵਿੱਚੋਂ ਇਹਦੀ ਪੈਦਾਇਸ਼, ਇਹਦਾ ਮੂਲ ਹੈ ਜਿਹੜਾ ਨਾਰਾਇਣ, ਕਹਿ ਲਓ ਨਰ ਦਾ ਮੂਲ ਨਾਰਾਇਣ ਹੈ। ਅਤੇ ਨਾਰਾਇਣ ਤਾਂ ਫਿਰ ਸਾਰਿਆਂ 'ਚ ਹੀ ਹੈ, ਨਾਰਾਇਣ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਅਰਥ ਇਹ ਸੀਗਾ ਇਸ ਪੰਕਤੀ ਦਾ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਆ, ਸਾਰੇ ਜਗ 'ਚ ਪਰਵਰਿਆ। ਇਹ ਪੰਕਤੀ ਇਕੱਲੇ ਨਾਨਕ 'ਤੇ ਲਾਤੀ, ਮੂਰਖਾਂ ਨੇ ਲਾਤੀ। ਹਿੰਦੂ ਮਤ, ਜਿਹੜੇ ਹਿੰਦੂ ਮਤ ਦੇ ਲੋਕ ਨੇ, ਹਿੰਦੂ ਮਤ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਨੇ, ਉਹੀ ਜਾਣਦੇ ਨੇ। ਉਹ ਗੁਰਬਾਣੀ ਤੋਂ ਬਹੁਤ ਜ਼ਿਆਦਾ ਦੂਰ ਨੇ, ਗੁਰਬਾਣੀ ਨਹੀਂ ਸਮਝ ਸਕਦੇ। ਉਹਨਾਂ ਨੂੰ ਦਾਲ ਵਾਲੀ ਗੱਲ ਨਹੀਂ ਪਤਾ ਹੈਗੀ, ਬ੍ਰਹਮ ਅੱਧਾ ਹੁੰਦਾ ਇਹ ਨਹੀਂ ਉਹ ਜਾਣਦੇ। ਉਹ ਬ੍ਰਹਮ ਨੂੰ ਸਭ ਕੁਛ ਮੰਨਦੇ ਨੇ, ਬ੍ਰਹਮੇ ਬਸ, ਬ੍ਰਹਮ ਤੋਂ ਗਾਂ ਕੁਝ ਜਾਣਦਾ ਹੀ ਨਹੀਂ।
ਗੁਰਬਾਣੀ ਬ੍ਰਹਮ ਨੂੰ ਉੱਦਾਂ ਮੰਨਦੀ ਹੈ, ਬ੍ਰਹਮਾ ਨੂੰ ਵੀ ਇੱਦਾਂ ਮੰਨਦੀ ਹੈ। ਉਹ ਬ੍ਰਹਮਾ ਔਰ ਬ੍ਰਹਮ ਨੂੰ ਇੱਕੋ ਮੰਨਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਬ੍ਰਹਮਾ ਔਰ ਬ੍ਰਹਮਾ 'ਚ ਕੀ ਫਰਕ ਹੈ। ਬ੍ਰਹਮ ਦੇ ਬਾਅਦ ਤਾਂ ਪੂਰਨ ਬ੍ਰਹਮ ਹੈ, ਪੂਰਨ ਬ੍ਰਹਮ ਦੇ ਬਾਅਦ ਪਾਰ ਬ੍ਰਹਮ ਹੈ। ਦੋ ਸਟੇਜਾਂ ਹੋਰ ਉੱਪਰ ਨੇ। ਬ੍ਰਹਮ ਪੂਰਨ ਬ੍ਰਹਮ ਕਦ ਬਣਦਾ ਹੈ ਤੇ ਪੂਰਨ ਬ੍ਰਹਮ ਪਾਰ ਬ੍ਰਹਮ ਕਦ ਬਣਦਾ ਹੈ, ਇਹ ਗੱਲ ਹਿੰਦੂ ਮਤ ਜਾਂ ਹੋਰ ਕਿਸੇ ਮਤ 'ਚ ਤਾਂ ਹੈ ਨਹੀਂ ਲਿਖੀ ਹੋਈ। ਉਹ ਸਮਝਦੇ ਨੇ ਪੂਰਨ ਬ੍ਰਹਮ ਔਰ ਬ੍ਰਹਮ ਇੱਕੋ ਹੀ ਗੱਲ ਹੈ, ਪਾਰ ਬ੍ਰਹਮ ਵੀ ਇੱਕੋ ਹੀ ਗੱਲ ਹੈ। ਗੁਰਬਾਣੀ 'ਚ ਜਿਹੜੇ ਵਿਦਵਾਨ ਨੇ ਸਿੱਖ, ਉਹਨਾਂ ਨੂੰ ਨਹੀਂ ਪਤਾ ਇਸ ਗੱਲ ਦਾ ਕੀ ਹੈ, ਸੰਤਾਂ ਨੂੰ ਨਹੀਂ ਪਤਾ ਇਸ ਗੱਲ ਦਾ ਕੀ ਹੈ। ਇਹ ਸੀ ਬੁੱਝਣ ਵਾਲੀ ਗੱਲ ਗੁਰਬਾਣੀ 'ਚੋਂ ਭੇਦ। ਗੁਰਬਾਣੀ ਪੜ੍ਹੀ ਹੈ, ਬੁੱਝੀ ਹੈ ਨਹੀਂ, ਪੜ੍ਹਿਆ ਨਾ ਹੀ ਭੇਦ ਬੁੱਝਿਆ ਬੁੱਝਿਆ ਭਾਵਨਾ। ਪੂਰਨ ਬ੍ਰਹਮ ਕਾਹਦਾ ਹੈ, ਜਦ ਇੱਕਾ ਪੂਰਨ ਬ੍ਰਹਮ ਹੈ, ਜਾਂ ਦਾਲ ਹੈ ਅੰਦਰਲਾ ਜਿਹੜਾ ਹੈਗਾ ਉਹ ਪ੍ਰਾਤਮਾ ਜਿਹਨੂੰ ਕਹਿੰਦੇ ਨੇ, ਜਿਹੜਾ ਇਹਦਾ ਮੂਲ ਹੈ ਜੀਵ ਦਾ, ਉਹ ਬ੍ਰਹਮ ਹੈ। ਇਹ ਬ੍ਰਹਮ ਹੈ, ਇਹ ਬ੍ਰਹਮਾ ਜਦ ਹੋ ਜੂਗਾ ਜਦ ਬ੍ਰਹਮ ਚ ਲੀਨ ਹੋਊ, ਜਿੰਨਾ ਚਿਰ ਬ੍ਰਹਮਾ ਨਹੀਂ ਹੁੰਦਾ ਉਹਨਾਂ ਚਿਰ ਬ੍ਰਹਮ ਲੀਨ ਨਹੀਂ ਹੁੰਦਾ। ਜੀਵ ਆਤਮਾ ਬ੍ਰਹਮਾ ਦਾ ਬ੍ਰਹਮਾ ਹੋ ਕੇ ਹੀ ਬ੍ਰਹਮ ਚ ਲੀਨ ਹੋਊਗਾ, ਬ੍ਰਹਮਾ ਵਰਗਾ ਹੋ ਕੇ। ਜਿਹੜਾ ਦੇਹ ਚ ਬੋਲਦਾ ਨਾ, ਇਹ ਬ੍ਰਹਮ ਵਰਗਾ ਹੋ ਕੇ ਹੀ ਬ੍ਰਹਮ ਚ ਲੀਨ ਹੋ, ਬ੍ਰਹਮ ਗਿਆਨੀ ਹੋ ਕੇ ਹੀ ਬ੍ਰਹਮ ਚ ਲੀਨ ਹੋ। ਬ੍ਰਹਮ ਦਾ ਗਿਆਨ, ਜਦ ਆਪਣੇ ਮੂਲ ਦਾ ਇਹਨੂੰ ਗਿਆਨ ਹੋਜੂ ਜਦੇ ਬ੍ਰਹਮ ਚ ਲੀਨ ਹੋ। ਬ੍ਰਹਮ ਚ ਲੀਨ ਵੀ ਕਿਵੇਂ ਹੋਊ, ਜਿਹ ਚ ਲੀਨ ਹੋਣਾ ਜੇ ਉਹਦਾ ਗਿਆਨ ਹੀ ਨਹੀਂ ਹੈ, ਲੀਨ ਕੀ ਚ ਹੋਊਗਾ। ਬ੍ਰਹਮਾ ਦੀ ਨਿਸ਼ਾਨੀ ਕੀ ਹੈ, ਬ੍ਰਹਮਾ ਕਦ ਹੋਊਗਾ, ਇਹ ਹੁਣ ਸਵਾਲ ਇਹ, ਬ੍ਰਹਮਾ ਕਦ ਹੋਊਗਾ, ਕਿਵੇਂ ਹੋਊਗਾ। ਬ੍ਰਹਮਾ ਜਾਣੂਗਾ ਜਦ ਆਪਣੇ ਆਪ ਨੂੰ ਜਾਣ ਲਊਗਾ, ਜਾਂ ਬ੍ਰਹਮ ਹੋਊਗਾ। ਬੱਬਾ ਬ੍ਰਹਮ ਜਾਣੈ ਸੇ ਬ੍ਰਹਮੇ, ਜਿਹਨਾਂ ਨੇ ਆਪਣਾ ਮੂਲ ਪਛਾਣ ਲਿਆ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਜਦ ਜਿਹਨੇ ਆਪਣਾ ਮੂਲ ਪਛਾਣ ਲਿਆ ਉਹ ਬ੍ਰਹਮ, ਜਿਹਨੇ ਆਪਣਾ ਮੂਲ ਪਛਾਣ ਲਿਆ ਉਹ ਬ੍ਰਹਮਾ, ਔਰ ਉਹ ਹੋ ਜਾਣਾ ਬ੍ਰਹਮ ਚ ਲੀਨ, ਉਹਨੇ ਹੋ ਜਾਣਾ ਇੱਕ। ਇੱਕ ਹੋ ਕੇ ਦੋਏ ਜਦ ਇੱਕ ਹੋਣਗੇ ਫਿਰ ਪੂਰਨ ਬ੍ਰਹਮ ਨੇ। ਨਾ ਬ੍ਰਹਮ ਇਕੱਲਾ ਪੂਰਨ ਬ੍ਰਹਮ ਹੈ, ਨਾ ਬ੍ਰਹਮ ਪੂਰਨ ਬ੍ਰਹਮ। ਦਾਲ ਨੇ ਦੋਏ, ਦੋਏ ਦਾਲ ਜਦ ਹੋਣਗੇ ਨਾ ਇਕੱਠੇ, ਫਿਰ ਇਹ ਪੂਰਨ ਬ੍ਰਹਮ। ਉਹਦੇ ਬਾਅਦ ਫਿਰ ਇਹਨੇ ਉਗਣੇ ਉਗਣੇ ਬਿਰਸ਼ ਰੂਪ ਬਣਨ, ਇਹਦੇ ਵਿੱਚੋਂ ਸ਼ਬਦ ਪ੍ਰਗਟ ਹੋਣਾ, ਐਂ ਕਹਿ ਲਓ। ਇਹ ਥੰਮ ਹੈ, ਉਦੋਂ ਇਹੀ ਥੰਮ ਨੇ, ਇਹ ਥੰਮ ਹੋ ਗਿਆ, ਥੰਮ ਗਿਆ ਮਨ ਰੁਕ ਗਿਆ, ਮਨ ਮੰਦਰ ਮੈਂ ਮਨਸਾ ਥੰਮ, ਮਨ ਦੀ ਇੱਛਾ ਥੰਮ ਗਈ, ਉਹ ਪਾੜ ਕੇ ਹੀ ਬਿਰਸ਼ ਰੂਪ ਬਣਨੇ, ਇਹਦੇ ਵਿੱਚੋਂ ਹੀ ਸ਼ਬਦ ਪੈਦਾ ਹੋਣਾ। ਉਹਨਾਂ ਕਹਿੰਦੇ ਨਾ ਉਹਨੂੰ ਬਚਾਇਆ, ਅਰਨਾਖੀ ਮਾਰਿਆ, ਪ੍ਰਹਲਾਦ ਬਚਾਇਆ ਥੰਮ ਪਾੜ ਕੇ। ਸੱਚ ਪ੍ਰਹਲਾਦ ਦੇ ਵਿੱਚੋਂ ਹੀ ਪੈਦਾ ਹੋਇਆ, ਪ੍ਰਹਲਾਦ ਅਵਤਾਰ ਹੋਇਆ। ਨਰਸਿੰਘਾ ਨਰ ਕੀ ਹੈ, ਨਰ ਤਾਂ ਆਦਮੀ ਹੁੰਦਾ, ਸਿੰਘ ਹੁੰਦਾ ਨਿਰਭੈ ਬੋਲਦਾ, ਰਾਜ ਨੂੰ ਬੋਲਦਾ ਨਿਰਭੈ ਹੋ ਕੇ, ਉਹ ਡਰਦਾ ਨਹੀਂ ਨਾ ਰਾਜੇ ਤੋਂ, ਮੌਤ ਦਾ ਭੈ ਦਿੰਦਾ ਡਰਦਾ ਨਹੀਂ ਹੈ, ਬਸ ਉਹੀ ਸਿੰਘ ਨਰਸਿੰਘਾ ਅਵਤਾਰ। ਹੁਣ ਡਰਦੇ ਰਹੇ ਨੇ, ਡਰਦਾ ਹੀ ਨਹੀਂ, ਉਹ ਨਿਰਭੈ ਹੋ ਗਿਆ। ਡਰਦੇ ਰੂਪ ਜਦ ਨਿਰਭੈ ਹੋ ਜਾਂਦਾ, ਚਾਹੇ ਛੋਟਾ ਬੱਚਾ ਹੋਵੇ ਚਾਹੇ ਵੱਡਾ ਹੋਵੇ, ਸਾਹਿਬਜ਼ਾਦੇ ਗੱਡੇ ਗੱਡੇ 'ਤੇ ਨਿਰਭੈ ਹੋ ਗਏ। ਤੁਸੀਂ ਮਿਸਾਲ ਹੈ ਸਾਡੇ ਕੋਲ ਹਾਜ਼ਰ, ਜੇ ਕੋਈ ਸ਼ੰਕਾ ਕਰਦਾ ਤਾਂ ਸਾਡੇ ਕੋਲ ਹਾਜ਼ਰ ਮਿਸਾਲ ਹੈਗੀ। ਇਹ ਨਰਸਿੰਘ ਦਾ ਹੀ ਅਵਤਾਰ ਸੀ, ਦੋ ਸਿੰਘ ਵੀ ਸੀ, ਨਰ ਵੀ ਸੀਗੇ। ਇੱਕ ਹੋਇਆ ਤਾਂ ਉਗ, ਇੱਕ ਹੋਇਆ ਹੋਇਆ ਪੂਰਨ ਬ੍ਰਹਮ। ਜਦੋਂ ਇਹਦੇ ਨਾਮ ਬਿਰਸ਼ ਰੂਪ ਬਣ ਜਾਂਦਾ, ਇਹ 'ਚੋਂ ਨਾਮ ਪੈਦਾ ਹੋ ਜਾਂਦਾ, ਇਹਦੇ ਵਿੱਚੋਂ ਉੱਗਦੀ ਹੈ ਬਾਣੀ, ਅੰਦਰੋਂ ਪੈਦਾ ਹੁੰਦੀ ਹੈ ਤੁਰਕੀ ਬਾਣੀ, ਆਉਂਦੀ ਹੈ ਜਦ, ਉਦੋਂ ਇਹ ਪਾਰ ਬ੍ਰਹਮ ਮਾਇਆ ਤੋਂ ਪਰੇ ਹੈ, ਫਿਰ ਮਾਇਆ ਦੇ ਅੰਦਰ ਨਹੀਂ। ਫਿਰ ਹਰ ਦਰਗਾਹ ਕੀਆਂ ਬਾਤਾਂ ਨਾਨਕ ਆਖ ਸੁਣਾ, ਉਹ ਅਵਸਥਾ ਪਾਰ ਬ੍ਰਹਮ ਦੀ।
ਪਾਰ ਬ੍ਰਹਮ ਦੇ ਰੂਪ ਦੇ ਵਿੱਚ ਉਹ ਜਿਹੜਾ ਹੁਕਮ ਹੈ ਉਹੀ ਪਾਰ ਬ੍ਰਹਮ ਸਾਰੇ ਹੁਕਮ ਦੇ ਵਿੱਚ ਲੀਨ ਨਾਨਕ ਲੇਖੇ ਇੱਕ ਗੱਲ ਗੱਲ ਇੱਕ ਹੀ ਰਹਿ ਗਈ ਹੁਕਮ ਹੀ ਰਹਿ ਗਿਆ ਸਾਰਿਆਂ ਦੀ ਗੱਲ ਸੋਚ ਇੱਕ ਹੋ ਗਈ ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਚੱਖਣਾ ਆਪਣੀ ਆਪਣੀ ਜਿਹੜੀ ਮੱਤ ਹੈ ਹੋਮੇ ਦੀ ਗੱਲ ਹੈ ਜਿਹੜੀ ਸ਼ਬਦ ਦੇ ਨਾਲ ਜੁੜ ਕੇ ਗੱਲ ਹੈ ਬੁਲਾਇਆ ਬੋਲਦਾ ਜਦ ਫਿਰ ਇੱਕ ਗੱਲ ਹੈ ਜਿਹੜੇ ਬੁਲਾਏ ਬੋਲੇ ਨੇ ਉਹਨਾਂ ਦੀ ਇੱਕ ਗੱਲ ਹੈ ਜਿਨ੍ਹਾਂ ਦੀਆਂ ਦੂਜੀਆਂ ਮੱਤਾਂ ਨੇ ਉਹਨਾਂ ਦੀ ਆਪਣੀ ਆਪਣੀ ਮੱਤ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਦੋਹਤੀ ਜਿਹੜੇ ਬੁਲਾਏ ਬੋਲੇ ਨੇ ਉਹਨਾਂ ਨੇ ਇੱਕੋ ਹੀ ਗੱਲ ਬਿਆਨ ਕੀਤੀ ਹੈ ਇੱਕੋ ਹੀ ਮੱਤ ਬਿਆਨ ਕੀਤੀ ਹੈ ਇੱਕੋ ਹੀ ਰੂਪ ਬਿਆਨ ਕੀਤਾ ਇੱਕੋ ਹੀ ਰੰਗ ਬਿਆਨ ਕੀਤਾ ਇੱਕੋ ਹੀ ਗੱਲ ਕਹੀ ਹੈ ਦੂਜਿਆਂ ਦੀਆਂ ਭਿੰਨ ਭਿੰਨ ਨਾਉ ਤੇਰਾ ਨਿਰੰਕਾਰ ਹੈ ਨਾ ਇਹ ਲਈ ਹੈ ਨਰਕ ਨਾ ਜਾਈ ਹੈ ਇਹਦਾ ਆਪਣਾ ਨਾਂ ਹੈ ਨਿਰੰਕਾਰ ਹੈ ਬੁੱਧੀ ਬੋਲਦੀ ਹੈ ਸੰਬੋਧਨ ਕਰਦੀ ਹੈ ਜਦ ਇੱਕ ਮਨ ਹੋ ਗਿਆ ਨਾ ਜਦ ਇੱਕ ਹੋ ਗਿਆ ਦਰਸ਼ਨ ਕਰ ਲਿਆ ਫਿਰ ਕਹਿੰਦੀ ਹੈ ਤੇਰਾ ਨਾਂ ਨਿਰੰਕਾਰ ਹੈ ਤੈਨੂੰ ਇਹ ਨਿਰੰਕਾਰ ਕਹਿੰਦੇ ਨੇ ਇਸੇ ਨੂੰ ਸੰਬੋਧਨ ਕਰਦੀ ਹੈ ਬੁੱਧੀ ਨਾਉ ਤੇਰਾ ਨਿਰੰਕਾਰ ਹੈ ਨਾ ਇਹ ਲਈ ਹੈ ਨਰਕ ਨਾ ਜਾਈ ਜੇ ਨਾਂ ਲੈ ਲਈਏ ਤੇਰਾ ਤੇਰਾ ਨਾਂ ਤੇਰਾ ਨਾਂ ਮੇਰਾ ਨਾਂ ਹੋ ਜਾਵੇ ਜਿਹਨੇ ਨਾਂ ਨਿਰੰਕਾਰ ਦਾ ਲੈ ਲਿਆ ਜਿਹੜਾ ਨਿਰੰਕਾਰ ਬਣ ਗਿਆ ਇਹ ਕਹਿ ਲਓ ਜਿਹਦਾ ਨਾਂ ਨਿਰੰਕਾਰ ਹੋ ਗਿਆ ਉਹਦਾ ਨਾਂ ਨਿਰੰਕਾਰ ਦਾ ਨਾਂ ਮਿਲ ਗਿਆ ਉਹਨੂੰ ਜਿਹੜਾ ਨਿਰੰਕਾਰ ਹੋ ਗਿਆ ਇੱਕ ਹੋ ਗਿਆ ਉਹੀ ਨਿਰੰਕਾਰ ਹੈ ਨਾ ਜਿਹੜਾ ਇੱਕ ਹੋ ਗਿਆ ਦੂਏ ਲਫ਼ਜ਼ਾਂ 'ਚ ਹੈ ਫਿਰ ਉਹ ਮਾਇਆ 'ਚ ਨਹੀਂ ਜਾਂਦਾ ਫਿਰ ਉਹਦੀ ਅਵਸਥਾ ਨਰਕ ਨਾ ਜਾਈ ਹੈ ਫਿਰ ਉਹ ਮਾਇਆ ਦਾ ਜਿਹੜਾ ਨਰਕ ਹੈ 'ਚ ਨਹੀਂ ਡੁੱਬਦਾ ਨਹੀਂ ਹੈ ਮਾਇਆ ਦੀ ਭੁੱਖ ਇੱਛਾ ਉਹਦੇ ਅੰਦਰ ਜਾਗਦੀ ਹੋਈ ਨਹੀਂ ਫਿਰ ਕੋਈ ਖਤਰਾ ਹੀ ਨਹੀਂ ਹੈ ਉਹਨੂੰ ਉਹਦੀ ਬੁੱਧੀ ਦਾ ਲੈਵਲ ਥੱਲੇ ਨੂੰ ਜਾਂਦਾ ਹੀ ਨਹੀਂ ਟਿਕ ਜਾਂਦਾ ਉੱਥੇ ਉਹਦੀ ਬੁੱਧੀ ਟਿਕ ਜਾਂਦੀ ਇੱਕੋ ਰੰਗ ਚ ਰਹਿੰਦਾ ਬਹੁ ਰੰਗੀ ਹੁੰਦਾ ਹੀ ਨਹੀਂ ਨਾਮ ਦੇ ਰੰਗ ਦੇ ਵਿੱਚ ਟਿਕ ਜਾਂਦਾ ਨਾ ਲਈਏ ਨਰਕ ਨਾ ਜਾਈਏ ਜਿਉ ਪਿੰਡ ਸਭ ਤਿਸਦਾ ਅਸਲ ਜਿਹੜਾ ਨਰਕ ਲਫ਼ਜ਼ ਹੈ ਨਰਕ ਦਾ ਮਤਲਬ ਹੈ ਨਹਿ ਹੈ ਘਰ ਆਪਣੇ ਘਰ ਤੋਂ ਬਾਹਰ ਚਲਿਆ ਜਾਣਾ ਆਪਣੇ ਘਰ ਦਾ ਤਿਆਗ ਕਰ ਦੇਣਾ ਆਪਣਾ ਘਰ ਛੱਡ ਦੇਣਾ ਸਵਰਗ ਸਵੈ ਘਰ ਆਪਣਾ ਘਰ ਨਿੱਜ ਘਰ ਉਹ ਆਪਣੇ ਘਰ ਚੋਂ ਆਪਣੇ ਘਰ ਤੋਂ ਪਰਦੇਸ ਜਾਂਦਾ ਹੀ ਨਹੀਂ ਯਾਨੀ ਹਿਰਦੇ ਚੋਂ ਤ੍ਰਿਕੁਟੀ ਜਾਂਦਾ ਹੀ ਨਹੀਂ ਤ੍ਰਿਕੁਟੀ ਜਾਊ ਮਾਇਆ ਜੜੂ ਤ੍ਰਿਕੁਟੀ ਦੇ ਵਿੱਚ ਜਾਣਾ ਨਰਕ 'ਚ ਜਾਣਾ ਜਿਹੜੇ ਬੰਦੇ ਤ੍ਰਿਕੁਟੀ ਨੂੰ ਦਿਮਾਗ ਨੂੰ ਸਮਝਦੇ ਨੇ ਨਾ ਦਸਮ ਦੁਆਰ ਉਹ ਨਰਕੀ ਜੀਵ ਨੇ ਸਾਰੇ ਉਹ ਤਾਂ ਨਰਕੀ ਨੇ ਇੱਥੇ ਹੀ ਹੋਸ਼ ਆਉਂਦੀ ਹੈ ਆਦਮੀ ਨੂੰ ਜਿੰਨਾ ਚਿਰ ਸੁੱਤਾ ਹੋਇਆ ਹੋਸ਼ ਉਹਨੂੰ ਮਾੜੀ ਮੋਟੀ ਜਿਹੜੀ ਉਹਦੀ ਅਵਸਥਾ ਨਾ ਸੁਪਨੇ ਦੀ ਅਰਧ ਚੇਤਨ ਅਵਸਥਾ ਸੁਪਨੇ ਦੀ ਹੁੰਦੀ ਹੈ ਸੁਪਨਾ ਵਰਗਾ ਉਹਨਾਂ ਦੀ ਪੁਜੀਸ਼ਨ ਦਿਮਾਗ 'ਤੇ ਜਾ ਕੇ ਬਣਦੀ ਹੈ ਦਿਮਾਗ ਤੋਂ ਬਿਨਾਂ ਉਹ ਪੱਥਰ ਹੁੰਦੇ ਨੇ ਅਚੇਤ ਅਵਸਥਾ 'ਚ ਜੜ ਅਵਸਥਾ 'ਚ ਅਚੇਤ ਅਵਸਥਾ ਨੂੰ ਜੜ ਕਹਿੰਦੇ ਨੇ ਚੇਤਰ ਚੇਤ ਅਚੇਤ ਮਹਾਂ ਜੜ ਜੜ ਕਿਆ ਹੈ ਗਿਆਨਹੀਣ ਪੱਥਰ ਵਰਗਾ ਇਹ ਜੜ ਹੈ ਫਿਰ ਅਵਸਥਾ ਜਿਹੜਾ ਜਾਗਦਾ ਉਹ ਚੇਤਨ ਹੈ ਜਿਹੜਾ ਅਚੇਤ ਹੈ ਉਹ ਜੜ ਹੈ ਉਹਨੂੰ ਕੋਈ ਪਤਾ ਨਹੀਂ ਬੇਹੋਸ਼ ਆਦਮੀ ਨੂੰ ਕੋਈ ਪਤਾ ਨਹੀਂ ਕੀ ਹੋ ਰਿਹਾ ਅਚੇਤ ਹੈ ਉਹ ਬੇਹੋਸ਼ੀ ਦੀ ਹਾਲਤ ਵਿੱਚ ਥੋੜ੍ਹਾ ਜਿਹਾ ਜੇ ਹੋਸ਼ ਆਉਂਦਾ ਦਿਮਾਗ 'ਚ ਜਾ ਕੇ ਆਉਂਦਾ ਸਾਨੂੰ ਸੰਸਾਰ ਨਾਲ ਜੁੜਦੇ ਹਾਂ ਪਤਾ ਲੱਗਦਾ ਉਹ ਇਸੇ ਨੂੰ ਦਸਮ ਦੁਆਰ ਮੰਨੀ ਜਾਂਦੇ ਨੇ ਨਰਕੀ ਜੀਵ ਨੇ ਨਾ ਜਦੋਂ ਜਾਗਦਾ ਫਿਰ ਤਾਂ ਤ੍ਰਿਕੁਟੀ 'ਚ ਜਾਂਦਾ ਹੀ ਨਹੀਂ ਨਾ ਇਹ ਲਈਆ ਨਰਕ ਨਾ ਜਾਈਆ ਤ੍ਰਿਕੁਟੀ ਦਾ ਨਰਕ ਇਹ ਤਾਂ ਮਾਇਆ ਨਾਲ ਜੋੜਦੀ ਹੈ
ਗਰਭ ਦੇ ਵਿੱਚ ਇਹ ਨਰਕ 'ਚ ਨਹੀਂ ਹੁੰਦਾ, ਲਿਵ ਲੱਗੀ ਹੁੰਦੀ ਹੈ, ਲਿਵ ਲੱਗੀ ਹੁੰਦੀ ਹੈ ਨਾ, ਤਪ ਕਰਦਾ, ਲਿਵ ਕਦ ਛੁੱਟ ਗਈ ਸੀ, ਜਾਂ ਜਨਮ ਹੋਇਆ, ਜਾਂ ਜਨਮ ਹੋਇਆ ਫਿਰ ਕਿੱਥੇ ਗਿਆ ਸੀ, ਜੁੜਿਆ ਸੀ ਸਰੀਰ ਨਾਲ ਦਿਮਾਗ ਨਾਲ, ਲਿਵ ਛੁੱਟ ਗਈ ਲੱਗੀ ਮਾਇਆ ਅਮਰ ਵਰਤਾ ਹੋਇਆ ਸਰੀਰ ਦੇ, ਸਰੀਰ ਦਾ ਜਿਹੜਾ ਅਮਰ ਸੀ, ਸਰੀਰ ਦਾ ਹੁਕਮ ਚੱਲ ਗਿਆ, ਭੁੱਖ ਪਿਆਸ ਦਾ ਅਸਰ ਹੋ ਗਿਆ, ਸਰੀਰ ਦੀ ਮਾਇਆ ਦਾ ਜਿਹੜਾ ਸੀ ਅਸਰ ਹੋਇਆ ਸੀ ਜਨਮ ਦੇ ਬਾਅਦ ਇਹਨੂੰ, ਪਹਿਲਾਂ ਇਹਨੂੰ ਸਰੀਰ ਦੀ ਮਾਇਆ ਦਾ ਦੁੱਖ ਵੀ ਨਹੀਂ ਸੀ, ਗਰਭ 'ਚ ਕੋਈ ਤਕਲੀਫ ਨਹੀਂ ਸੀ ਗਰਭ 'ਚ, ਜਦ ਸਰੀਰ ਦਾ ਖਿਆਲ ਹੀ ਨਹੀਂ ਹੈ, ਜੇ ਦਿਮਾਗ ਨਾਲ ਬੇਹੋਸ਼ ਆਦਮੀ ਨੂੰ ਕਿੰਨਾ ਕੱਟ ਵੱਟ ਲਓ, ਉਹਨੂੰ ਕੋਈ ਪਤਾ ਨਹੀਂ ਮੇਰੇ ਸਰੀਰ ਨੂੰ ਕੀ ਹੋ ਰਿਹਾ, ਡਾਕਟਰ ਬੇਹੋਸ਼ ਕਰਕੇ ਨਹੀਂ ਵੱਢਦੇ, ਉੱਥੇ ਇਹੋ ਜਿਹੀ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੈ ਗਰਭ ਦੇ ਵਿੱਚ, ਕੋਈ ਪਤਾ ਨਹੀਂ ਇਹਨੂੰ ਕੀ ਹੋ ਰਿਹਾ, ਹੁਣ ਡਾਕਟਰ ਉਸ ਹਾਲਤ ਵਿੱਚ ਕਰ ਦਿੰਦੇ ਨੇ, ਜੋ ਮਰਜ਼ੀ ਕੱਟੀ ਵੱਢੀ ਜਾਓ, ਕੁਛ ਪਤਾ ਹੀ ਨਹੀਂ ਇਹਨੂੰ ਮੈਨੂੰ ਕੀ ਹੋ ਰਿਹਾ, ਅਤੇ ਜੇ ਚੇਤਨ ਆ ਗਿਆ ਦਿਮਾਗ 'ਚ ਆ ਗਿਆ ਇਹ, ਫਿਰ ਇਹਨੂੰ ਪਤਾ, ਇਹਦਾ ਮਤਲਬ ਉੱਥੇ ਮਾਇਆ ਦਾ ਅਹਿਸਾਸ ਹੈ, ਹੋਰ ਕੁਛ ਨਹੀਂ ਹੈ, ਨਰਕ ਹੈ ਇਹ, ਵਿਦਵਾਨ ਨਹੀਂ ਇਹ ਗੱਲ ਸਮਝ ਸਕਦੇ, ਵਿਦਵਾਨਾਂ ਦੀ ਇੰਨੀ ਰੇਂਜ ਨਹੀਂ ਹੈਗੀ ਬੁੱਧੀ ਦੀ, ਉਹਨਾਂ ਦੀ ਬੁੱਧੀ ਦੀ ਰੇਂਜ ਸੰਸਾਰ ਤੱਕੇ ਹੈ, ਇੱਦੋਂ ਸੰਸਾਰ ਤੋਂ ਗਾਹਾਂ ਉਹਨਾਂ ਦੀ ਰੇਂਜ ਨਹੀਂ ਹੈ, ਇਹ ਸੰਸਾਰ ਤੋਂ ਗਾਹਾਂ ਦੀ ਗੱਲ ਹੈ, ਸੰਸਾਰ ਜੁੜਿਆ ਹੈ ਦਿਮਾਗ ਨਾਲ, ਦਿਮਾਗ ਤੋਂ ਗਾਹਾਂ ਸੰਸਾਰ ਹੈ ਨਹੀਂ, ਇਹ ਆਦਮੀ ਦੀ ਬੁੱਧੀ ਤੋਂ, ਬੁੱਧੀ ਕਿੱਥੇ, ਬੁੱਧੀ ਦਿਮਾਗ 'ਚ ਰਹਿ ਕੇ ਕੰਮ ਕਰਦੀ ਹੈ, ਜਿਹੜੀ ਬੁੱਧੀ ਤੋਂ ਵੀ ਗਾਹਾਂ ਦੀ ਗੱਲ ਹੈ, ਉਹ ਦਿਮਾਗ ਤੋਂ ਗਾਹਾਂ ਹੋਊ ਫਿਰ ਉਹ, ਇਹ ਦਿਮਾਗ ਤੋਂ ਗਾਹਾਂ ਦੀ ਅਵਸਥਾ ਹੈ, ਇਸ ਗੱਲ 'ਤੇ ਵਿਦਵਾਨ ਇਸ ਗੱਲ 'ਤੇ ਵਿਸ਼ਵਾਸ ਨਹੀਂ ਕਰਦੇ, ਉਹਨਾਂ ਨੂੰ ਦਿਮਾਗ 'ਤੇ ਗਾਹਾਂ, ਉਹ ਕਹਿੰਦੇ ਦਿਮਾਗ 'ਤੇ ਗਾਹਾਂ ਦੁਨੀਆ ਹੋਇਓ ਨਹੀਂ, ਬਸ ਉਹਨਾਂ ਨੂੰ ਇੱਥੇ ਤੱਕ, ਉਹਨਾਂ ਦੀ ਰੇਂਜ ਇੱਥੇ ਤੱਕ ਹੈ, ਗਾਹਾਂ ਜਾ ਕੇ ਉਹਨਾਂ ਦੀ ਬੁੱਧ ਬੰਦ ਹੈ, ਉਹ ਤਾਂ ਖਿੜਕੀ ਖੁੱਲੂ ਫਿਰ ਪਤਾ ਲੱਗੂ, ਇਸ ਕੇ ਉੱਪਰ ਖਿੜਕੀ ਔਰ ਖਿੜਕੀ ਉੱਪਰ ਦਸਵਾਂ ਦੁਆਰ, ਕਹੋ ਕਬੀਰ ਤਾਕਾ ਅੰਤਰਾ, ਔਰ ਉਹਦੇ ਜਿਹਦੀ ਖਿੜਕੀ ਖੁੱਲੂ ਉਹਨੂੰ ਪਤਾ ਲੱਗਣਾ, ਖਿੜਕੀ ਤਾਂ ਬੰਦ ਆ ਉਹਨਾਂ ਦੀ। ਹਾਂਜੀ, ਜੀਉ ਪਿੰਡ ਸਭ ਤਿਸਦਾ ਦੇ ਖਾਜਾ ਆਖ ਗਵਾਈ ਹੈ। ਦੇਖੋ, ਇੱਕ ਤੂੰ ਹੈ, ਇੱਕ ਤਿਸ ਹੈ, ਨੌ ਤੇਰਾ ਨਿਰੰਕਾਰ ਹੈ, ਜੀਉ ਪਿੰਡ ਸਭ ਤਿਸਦਾ, ਦੋਵੇਂ ਗੱਲਾਂ ਪਰਮੇਸ਼ਰ ਵਾਸਤੇ ਨਹੀਂ ਆਉਣੇ, ਤੇਰਾ ਕਿਸੇ ਹੋਰ ਨੂੰ ਕਿਹਾ, ਤਿਸਦਾ ਕਿਸੇ ਹੋਰ ਨੂੰ ਕਿਹਾ, ਨਾਲ ਦੋ ਆਦਮੀ ਨੇ ਅੱਡ ਅੱਡ ਜਿਹਦੇ ਨਾਲ ਗੱਲ ਹੋ ਰਹੀ ਹੈ। ਜੇ ਕੋਈ ਕਹੇ ਕਿ ਪਰਮੇਸ਼ਰ ਨੂੰ ਕਿਹਾ ਨਾ ਤੇਰਾ ਨਿਰੰਕਾਰ ਹੈ, ਫਿਰ ਉਹਨੂੰ ਜੀਉ ਪਿੰਡ ਸਭ ਤਿਸਦਾ ਕਿਉਂ ਕਿਹਾ, ਉਹਨੂੰ ਵਿਦਵਾਨ ਨਹੀਂ ਹੈ ਇੰਨੀ ਬੁੱਧੀ ਰੱਖਦੇ, ਉਹਨਾਂ ਨੂੰ ਨਹੀਂ ਪਤਾ ਇਸ ਗੱਲ ਦਾ, ਇਹ ਦੋਵੇਂ ਅਰਥ ਪਰਮੇਸ਼ਰ ਵਾਸਤੇ ਕਰਤੇ ਉਹਨਾਂ ਨੇ, ਕਰਤੇ ਨਾ ਕਰਤੇ, ਕਿਉਂ ਕਰਤੇ, ਖਿੜਕੀ ਬੰਦ ਹੈ ਨਾ, ਉਹ ਵਿੰਡੋ ਖੁੱਲ੍ਹੀ ਨਹੀਂ ਹੈ ਉਹਨਾਂ ਦੀ ਕੰਪਿਊਟਰ ਦੀ, ਬਿਨਾਂ ਹੀ ਵਿੰਡੋ 'ਤੇ ਚਲਾਈ ਜਾਂਦੇ ਨੇ। ਜੀਉ ਪਿੰਡ ਸਭ ਤਿਸਦਾ ਕਿਹਨੂੰ ਕਿਹਾ, ਜਿਹਨੂੰ ਪਹਿਲਾਂ ਤੇਰ ਤੂੰ ਕਿਹਾ, ਨਾ ਤੇਰਾ ਨਿਰੰਕਾਰ ਹੈ, ਉਸ ਆਦਮੀ ਨੂੰ ਦੁਬਾਰਾ ਕਿਹਾ, ਇਹ ਜੀਉ ਪਿੰਡ ਤੇਰਾ ਨਹੀਂ ਹੈ, ਨਾ ਮੇਰਾ ਹੈ, ਤਿਸਦਾ ਹੈ, ਨਾ ਜੀਉ ਪਿੰਡ ਤੇਰਾ ਹੈ, ਨਾ ਮੇਰਾ, ਇਹ ਕਿਸੇ ਹੋਰ ਦਾ ਹੈ, ਉਹਨੂੰ ਇਹ ਕਿਹਾ। ਤੇ ਹੁਣ ਬੰਦੇ ਤਿੰਨ ਹੋ ਗਏ ਇੱਥੇ, ਇੱਕ ਤਾਂ ਬੋਲਣ ਵਾਲਾ ਹੋ ਗਿਆ, ਇੱਕ ਜਿਹਨੂੰ ਦੱਸ ਰਿਹਾ ਜਿਹਦੇ ਨਾਲ ਗੱਲ ਹੋ ਰਹੀ ਉਹ ਹੋ ਗਿਆ, ਇੱਕ ਥਰਡ ਪਰਸਨ ਹੋ ਗਿਆ ਜਿਹੜਾ ਤਿਸ, ਜਿਹਦੇ ਵਾਸਤੇ ਤਿਸ ਹੈ, ਤੇ ਬੰਦੇ ਤਾਂ ਤਿੰਨ ਹੋ ਗਏ ਇੱਥੇ, ਇੱਕ ਪਰਮੇਸ਼ਰ ਹੋ ਗਿਆ, ਇੱਕ ਮਨ ਚਿੱਤ ਇਕੱਠਾ ਜਿਹੜਾ ਪੂਰਨ ਬ੍ਰਹਮ ਹੋ ਗਿਆ, ਇਹਨੂੰ ਪੂਰਨ ਬ੍ਰਹਮ ਕਹਾਂਗੇ ਹੁਣ ਅਸੀਂ, ਇੱਕ ਪੂਰਨ ਬ੍ਰਹਮ ਹੋ ਗਿਆ, ਇੱਕ ਉਹਦੀ ਬੁੱਧੀ ਹੋ ਗਈ, ਸਮਝਿਆ ਨੀ, ਬੁੱਧ ਕਹਿ ਰਹੀ ਹੈ ਮਨ ਚਿੱਤ ਦੀ ਏਕਤਾ ਜਿਹੜਾ ਇੱਕ ਹੋਇਆ ਹੈ, ਇੱਕ ਹੋਇਆ ਉਹਨੂੰ ਕਿਹਾ, ਇਹ ਜੀਉ ਪਿੰਡ ਜਿਹੜੇ ਜੀਉ ਸੀ ਨਾ ਤੇਰੇ ਜਾ ਮਿਲਿਆ,
ਇਹ ਜਿੰਨਾ ਵੀ ਜੀਓ ਹੋਰ ਬਾਹਰ ਹੈ ਸਾਰਾ ਇਹ ਪਿੰਡ ਹੈ, ਇਹ ਪਰਮੇਸ਼ਰ ਦੀ ਸ਼ਕਤੀ ਸੀ, ਅਸਲ 'ਚ ਜੀਓ ਕੁਛ ਨਹੀਂ ਸੀ, ਜੀਓ ਕਾਹਨੂੰ ਸੀ ਕੁਛ, ਇਹ ਤਾਂ ਉਹਦੀ ਸ਼ਕਤੀ ਕਰਕੇ ਤੇਰਾ ਜਿਹੜਾ ਸੀ ਤੈਨੂੰ ਮਿਲੀ ਹੋਈ ਸੀ ਸ਼ਕਤੀ, ਇਹ ਉਹਦੀ ਉਹ ਸ਼ਕਤੀ ਹੈ ਅਸਲ 'ਚ, ਆਪਣਾ ਮਨ ਅਸੀਂ ਆਪਣਾ ਮਨ ਦੀ ਇੱਛਾ ਅਨੁਸਾਰ ਅਸੀਂ ਕਿਸੇ ਸਰੀਰ ਨੂੰ ਚਲਾ ਸਕੀਏ, ਇਹ ਸ਼ਕਤੀ ਸਾਡੇ 'ਚ ਨਹੀਂ ਹੈ, ਅਸੀਂ ਇੱਥੇ ਬੈਠੇ ਹੋਈਏ, ਕੋਈ ਉੱਥੇ ਪਈ ਹੋਵੇ ਕਠਪੁਤਲੀ ਉਹ ਸਾਡੀ ਇੱਥੋਂ ਬੈਠੇ ਸ਼ਕਤੀ ਨਾਲ ਉੱਠ ਕੇ ਤੁਰਨ ਲੱਗ ਜਾਊ, ਕਰ ਸਕਦੇ ਹਾਂ ਇਹ? ਨਹੀਂ ਕਰ ਸਕਦੇ, ਬਸ ਉਹ ਵਿੱਚ ਬੈਠਾ ਹੈ, ਸਰੀਰ ਪੁਤਲੀ ਤੁਰੀ ਬੈਠ ਫਿਰਦੀ ਹੈ ਉਹਦੀ ਇੱਛਾ ਅਨੁਸਾਰ, ਉਹਦੇ ਮਨ ਦੀ ਇੱਛਾ ਅਨੁਸਾਰ, ਇਹ ਉਹਦੇ ਕੋਈ ਸ਼ਕਤੀ ਐਕਸਟਰਾ ਮਿਲੀ ਹੋਈ ਹੈ, ਇਹ ਹੀ ਹੁਕਮ ਹੈ, ਇਹੀ ਭਗਤੀ ਤੋਂ ਪ੍ਰਾਪਤ ਹੋਈ ਹੈ, ਉਹਨਾਂ ਚਿਰ ਸ਼ਕਤੀ ਹੈ ਉਹਦੇ ਕੋਲ ਜਿੰਨਾ ਚਿਰ ਉਹਦੀ ਜ਼ਿੰਦਗੀ ਹੈ, ਸਾਹ ਨੇ ਜਿੰਨੇ ਗਣਵੇ ਉਹਦੇ ਬਾਅਦ ਨਹੀਂ ਸ਼ਕਤੀ, ਖਿੱਚ ਤੇਜ ਜਬ ਬੜਾ ਤੇਜ ਦਿੱਤਾ ਤਾਂ ਖਿੱਚ ਲਿਆ, ਉਹ ਜਿਹੜੀ ਸ਼ਕਤੀ ਦਿੱਤੀ ਤੀ ਵਾਪਸ ਲੈ ਲਈ, ਖਿੱਚ ਤੇਜ ਜਬ ਤੇਜ ਦਿੱਤਾ ਹੋਇਆ ਸੀ ਨਾ, ਲਾਈਟਾਂ ਜਗਦੀਆਂ ਨੇ ਕੀ ਆਪ ਜਗਦੀ ਹੈ ਲਾਈਟ, ਸਵਿੱਚ ਆਫ ਕਰਦੀ ਹੈ ਦੇਖਾਂ ਭਲਾ ਜਗੂਗੀ ਫਿਰ, ਇਹ ਤਾਂ ਅੱਗੇ ਤੋਂ ਪਿੱਛੋਂ ਤਾਕਤ ਮਿਲੀ ਹੋਈ ਹੈ ਤਾਂ ਜਗਦੀਆਂ ਨੇ, ਇਹ ਲਾਈਟ ਦੇ ਰਹੀਆਂ ਨੇ, ਲਾਈਟਾਂ ਨਹੀਂ ਆਉਣਾ ਹੈ, ਲਾਈਟਾਂ ਕਹਿ ਰਹੇ ਹਾਂ ਅਸੀਂ, ਲਾਈਟ ਤਾਂ ਜਿਹੜੀ ਵਿੱਚ ਕੰਮ ਕਰਦੀ ਉਹ ਹੈ, ਇਹਨਾਂ ਨੂੰ ਲਾਈਟਾਂ ਐਵੇਂ ਕਹਿ ਰਹੇ ਹਾਂ, ਇਹ ਤਾਂ ਨੇਰੇ 'ਚ ਪਈਆਂ ਆਪ ਵੀ ਨਹੀਂ ਦੀਂਦੀਆਂ ਜੇ ਜਗਣ, ਇਹ ਲਾਈਟਾਂ ਕਿੱਥੇ ਨੇ, ਲਾਈਟਾਂ ਤਾਂ ਹੁੰਦੀਆਂ ਜਿਹਦੇ ਵਿੱਚ ਰੋਸ਼ਨੀ ਪੈਦਾ ਹੋਵੇ, ਇਹਨਾਂ 'ਚ ਰੋਸ਼ਨੀ ਕਿੱਥੇ ਪੈਦਾ ਹੁੰਦੀ ਹੈ, ਇਹੋ ਜਿਹਾ ਹੀ ਆ ਸਾਡਾ ਸਿਲਸਿਲਾ, ਕੁਛ ਤਾਂ ਕੁਛ ਨਾਂ ਰੱਖ ਲੈਂਦੇ ਹਾਂ ਅਸੀਂ, ਕੁਛ ਤਾਂ ਕੁਛ ਨਾਂ ਰੱਖ ਲੈਂਦੇ ਹਾਂ, ਇਹ ਜਿਹੜੀ ਜੋਤ ਹੈ ਮਨ ਦੇ ਵਿੱਚ, ਇਹ ਤਾਂ ਇਹਨੂੰ ਸ਼ਕਤੀ ਪਾਈ ਹੋਈ ਹੈ, ਇਹਨੂੰ ਵਰਦਾਨ ਦਿੱਤਾ ਹੋਇਆ ਇੰਨਾ ਕੁ ਵੀ ਤੂੰ ਆਪਣੀ ਸ਼ਕਤੀ ਨੂੰ ਡਿਵਾਈਡ ਕਰਕੇ ਇੱਦਾਂ ਕਰ ਸਕਦਾ, ਬਸ ਚੱਲ ਬਈ ਤੂੰ ਕਰ ਲੈ ਇੱਕ ਸਰੀਰ ਜਿਹਾ, ਤੈਨੂੰ ਦੇ ਦਿੰਦੇ ਹਾਂ, ਤੈਨੂੰ ਕੰਨ ਵੀ ਦੇ ਦਿੰਦੇ ਹਾਂ, ਤੂੰ ਗਿਆਨ ਆਪਣਾ ਵਧਾ ਲੈ, ਤੂੰ ਆਪਣਾ ਗਿਆਨ ਜਿਹੜਾ ਹੈਗਾ ਨਾ ਜਿਹੜਾ ਤੇਰਾ ਭਰਮ ਦੂਰ ਕਰ ਲੈ, ਆਪੇ ਪੈਰ ਕੁਹਾੜਾ ਮਾਰਿਆ ਸੀ ਆਪੇ, ਹੁਣ ਤੂੰ ਭਰਮ ਨੂੰ ਦੂਰ ਕਰ ਲੈ, ਤੈਨੂੰ ਭਰਮ ਹੋ ਗਿਆ ਸੀ ਨਾ ਆਪਣੀ ਅਕਲ ਦਾ, ਹੁਣ ਦੂਰ ਕਰ ਲੈ, ਗੱਲ ਤਾਂ ਇੰਨੀ ਹੋਈ ਹੈ ਸਿਰਫ, ਇਹਨੇ ਭਰਮ ਦੂਰ ਕਰਨਾ ਆਪਣਾ, ਉਹਦੇ ਵਾਸਤੇ ਇਹਨੂੰ ਕੰਨ ਚਾਹੀਦੇ ਨੇ, ਉਹਦੇ ਵਾਸਤੇ ਇਹਨੂੰ ਅੱਖਾਂ ਚਾਹੀਦੀਆਂ ਨੇ, ਸੁਣਨ ਪੜ੍ਹਨ ਵਾਲੀ ਗੱਲ ਚਾਹੀਦੀ ਹੈ ਨਾ, ਸੁਣਨ ਨੂੰ ਚਾਹੀਦਾ ਕੁਛ, ਦੇਖਣ ਨੂੰ ਚਾਹੀਦਾ, ਪੜ੍ਹਨ ਨੂੰ ਚਾਹੀਦਾ, ਉਹਨਾਂ ਚਿਰ ਕਰਦਾ ਜਿੰਨਾ ਚਿਰ ਉਹਦੇ ਕੋਲ ਟਾਈਮ, ਪਰ ਕਰਨ ਦਾ ਕੁਛ ਹੋਰ ਹੀ ਹੈ, ਉਹ ਕੰਮ ਨਹੀਂ ਕਰਦਾ ਜਿਹੜੇ ਕੰਮ ਵਾਸਤੇ ਅੱਖਾਂ ਮਿਲੀਆਂ ਨੇ, ਇਹ ਸਰੀਰ ਮਿਲਿਆ, ਹੋਰ ਕੁਛ ਕੰਮ ਲੱਗੇ ਹੋਏ ਨੇ, ਉਹ ਇਹਨੂੰ ਚੇਤਾ ਹੀ ਕਰਾਇਆ ਫਿਰ, ਆਹਾ ਸੰਸਾਰ ਨੂੰ ਚੇਤਨ ਕੀਤਾ, ਚੇਤਾ ਹੀ ਕਰਾਇਆ ਵੀ ਤੁਸੀਂ ਉਲਟੇ ਕੰਮ ਨਾ ਲੱਗੋ, ਟਾਈਮ ਜਾ ਰਿਹਾ, ਜਿਹੜਾ ਕੰਮ ਕਰਨਾ ਹੈ ਉਹ ਕਰੋ, ਆਇਓ ਸੁਣਨ ਪੜ੍ਹਨ ਕੋ, ਜੀਓ ਪਿੰਡ ਸਭ ਤਿਸਦਾ ਦੇ ਖਾਜਾ ਆਖ ਗਵਾਈ ਹੈ, ਇਹ ਜਿਹੜਾ ਪਿੰਡ ਦਿੱਤਾ ਸਰੀਰ ਤੇਰਾ ਤਾਂ ਹੈ ਨਹੀਂ, ਤੈਨੂੰ ਤਾਂ ਦਿੱਤਾ ਹੋਇਆ, ਤੂੰ ਕਹਿੰਦਾ ਮੇਰਾ, ਇਹ ਛੱਡਣਾ ਨਹੀਂ ਚਾਹੁੰਦਾ, ਇਹ ਸਰਕਾਰੀ ਕੁਆਟਰ ਹੈ ਤੈਨੂੰ ਦਿੱਤਾ ਹੋਇਆ, ਸਰਕਾਰ ਦੇ ਕੁਆਟਰ ਨਹੀਂ ਦਿੱਤੇ ਹੁੰਦੇ, ਰਹਿਣ ਵਾਸਤੇ ਦਿੱਤਾ, ਜਿੰਨਾ ਚਿਰ ਕੁਆਟਰ ਤੇਰੇ ਕੋਲ ਓਨਾ ਚਿਰ ਤੂੰ ਕੁਛ ਤਰੱਕੀ ਕਰ ਸਕਦਾ, ਆਪਣਾ ਲਾਭ ਕਰ ਸਕਦਾ, ਦੇ ਖਾਜਾ ਇਹ ਸਰੀਰ ਨੇ ਖਾਣਾ ਨਾ ਕੁਛ, ਤੈਨੂੰ ਕੀ ਆ ਜਿਹੋ ਜਿਹੀ ਕਲੀ ਮਾਲਕ ਨੇ ਕਰਨੀ ਹੈ ਕਰ ਦੇਵੇ ਇਹਨੂੰ, ਤੈਂ ਕੀ ਲੈਣਾ, ਪਲਸਤਰ ਕਰ ਰਿਹਾ ਦੁਬਾਰਾ ਉਹ ਫਰਸ਼ 'ਤੇ, ਤੂੰ ਕਹਿੰਦਾ ਇਹੋ ਜਿਹਾ ਨਹੀਂ ਇਹੋ ਜਿਹਾ ਚਾਹੀਦਾ, ਮਕਾਨ ਉਹਦਾ, ਮਾਲਕ ਉਹ, ਮਜ਼ਦੂਰ ਉਹਦੇ, ਪਲਸਤਰ ਉਹਦਾ, ਸੀਮਿੰਟ ਉਹਦਾ, ਤੈਂ ਦੱਸ ਕੀ ਲੈਣਾ, ਜਿਹੋ ਜਿਹਾ ਕਰਦਾ ਕਰੀ ਜਾਣ ਦੇ, ਜਿਹੋ ਜਿਹਾ ਦੰਦਾ ਖਾਣ ਨੂੰ ਖਾਈ ਚੱਲ, ਸਰੀਰ ਹੈ ਜਾਂ ਤੇਰਾ ਨਹੀਂ, ਤੂੰ ਕਹਿੰਦੇ ਕਹਿਣਾ ਆ ਨਹੀਂ ਚਾਹੀਦਾ, ਚਾਹੀਦਾ ਖਾਣ ਨੂੰ, ਜਾਂ ਤੇਰਾ ਹੈ ਹੀ ਨਹੀਂ, ਬਸ ਇੱਥੇ ਹੀ ਫਰਕ ਹੈ, ਤੇਰਾ ਇੱਕ ਤੇਰਾ ਨੇ, ਮੇਰਾ ਇੱਕ ਮੇਰਾ ਨਹੀਂ ਹੈ, ਸਾਰੇ ਮੰਨਦੇ ਨੇ ਮੇਰਾ ਨਹੀਂ ਹੈ,
ਪਰ ਮੰਨਦੇ ਨਹੀਂ, ਕਹਿੰਦੇ ਨੇ, ਕਹਿੰਦੇ ਨੇ ਮਨ ਵਿੱਚ ਹੋਰ ਹੈ, ਮੁੱਖ 'ਚ ਹੋਰ ਹੈ, ਮੂੰਹ 'ਚ ਹੈ ਕਹਿੰਦੇ ਨੇ, ਮਨ ਵਿੱਚ ਹੈ ਮੰਨਦੇ ਨਹੀਂ। ਜੇ ਮਨ ਵਿੱਚ ਹੈ ਤਾਂ ਮੰਨਦੇ ਨੇ, ਜੇ ਮਨ ਵਿੱਚ ਨਹੀਂ ਤਾਂ ਮੰਨਦੇ ਨਹੀਂ। ਜਿਨ ਮਨ ਹੋਰ ਮੁੱਖ ਹੋਰ ਸੇ ਕਾਢੇ, ਇਸ ਕਰਕੇ ਸਾਰੀ ਦੁਨੀਆਂ ਦੀ ਬਾਣੀ ਕੱਚੀ ਹੈ, ਕੱਚੀਆਂ ਗੱਲਾਂ ਨੇ। ਜੋ ਗੱਲ ਕਹਿੰਦੇ ਵੀ ਨੇ ਨਾ, ਮੂੰਹ ਤੋਂ ਕਹਿ ਵੀ ਦਿੰਦੇ ਨੇ ਮੰਨ ਕੇ, ਉਹਨੂੰ ਵੀ ਅਸਲ ਚ ਅੰਦਰੋਂ ਨਹੀਂ ਮੰਨਦੇ, ਬਾਹਰੋਂ ਬਾਹਰੋਂ ਮੰਨਦੇ ਨੇ। ਬਾਹਰੋਂ ਬਾਹਰੋਂ ਮੰਨ ਕੇ ਕਬੂਲ ਕੇ ਕਹਿ ਵੀ ਦਿੰਦੇ ਨੇ ਕਿ ਹਾਂ ਬਈ ਆਪਣਾ ਨਹੀਂ ਹੈ, ਪਰ ਅੰਦਰੋਂ ਆਪਣਾ ਹੀ ਮੰਨਦੇ ਨੇ। ਉਹ ਮਿਟਿਆ ਨਹੀਂ, ਅੰਦਰ ਪੱਥਰ ਦਾ ਲਿਖਿਆ ਨਹੀਂ ਮਿਟਿਆ, ਜਿਹੜਾ ਮਨ ਪੱਥਰ ਹੈ ਨਾ, ਜੋ ਉਹ 'ਤੇ ਲਿਖਿਆ ਹੈ ਉਹ ਲਿਖਤ ਨਹੀਂ ਮਿਟੀ ਹੈ। ਉਹ ਪੱਥਰ ਵਾਲੀ ਲਿਖਤ ਕਿਵੇਂ ਮਿਟੇ? ਮਨ ਪੱਥਰ 'ਤੇ ਜੋ ਲਿਖਿਆ ਹੋਇਆ ਨਾ, ਪੱਥਰ ਲਾਉਂਦੇ ਲਿਖ ਕੇ, ਛੇਤੀ ਨਾ ਮਿਟੇ। ਪੱਥਰ 'ਤੇ ਲਿਖਿਆ ਹੋਇਆ ਕੁਛ, ਮੇਰੀ ਮੇਰਾ ਪੱਥਰ 'ਤੇ ਲਿਖਿਆ, ਬੜਾ ਔਖਾ ਮਿਟਦਾ। ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਲ ਸਵਾਰੇ ਹੋਏ। ਜਦ ਮੇਰੀ ਮੇਰੀ ਮਿਟ ਜਾਂਦੀ ਹੈ, ਨਹੀਂ ਤਾਂ ਮੇਰੀ ਮੇਰੀ ਕਰਤੇ ਜਨਮ ਗਿਆ, ਮੇਰੀ ਮੇਰੀ ਕਰਤੇ ਜਨਮ ਗਿਆ, ਸਾਰਾ ਹੀ ਜਨਮ ਚੱਲਿਆ। ਕੀ ਮੇਰੀ ਮੇਰੀ ਛੱਡਣ ਨੂੰ ਕੋਈ ਤਿਆਰ ਹੈ? ਜੇ ਨਹੀਂ ਤਿਆਰ ਤਾਂ ਸਿੱਖ ਨਹੀਂ ਹੈ। ਸਿੱਖੀ ਸਟਾਰਟ ਹੋ ਮੇਰੀ ਛੱਡੀ ਤੋਂ ਬਾਅਦ, ਮੇਰੀ ਨਹੀਂ ਤੇਰੀ, ਜੀਓ ਪਿੰਡ ਸਭ ਤੇਰਾ ਤਿਸਦਾ, ਜੀਓ ਪਿੰਡ ਸਭ ਤੇਰਾ, ਮੇਰਾ ਨਹੀਂ ਤੇਰਾ। ਦੇ ਖਾਜਾ ਜਿਹੜਾ ਕੋਈ ਦੰਦਾ ਖਾ ਲਿਆ ਕਰ, ਉਹ ਕੋਈ ਗਲਤ ਚੀਜ਼ ਨਹੀਂ ਦਿੰਦਾ ਤੈਨੂੰ ਖਾਣ ਨੂੰ, ਤੂੰ ਆਪਣੀ ਮਰਜ਼ੀ ਨਾਲ ਖਾ ਕੇ ਬਿਮਾਰੀਆਂ ਲਾਉਣਾ ਇਹਨੂੰ। ਜਿਹੜਾ ਉਹ ਦਿੰਦਾ ਖਾਣ ਨੂੰ, ਉਹਦੇ ਨਾਲ ਕਦੇ ਵੀ ਤੂੰ ਬਿਮਾਰ ਨਹੀਂ ਹੋ ਸਕਦਾ, ਕਦੇ ਤੈਨੂੰ ਕੁਛ ਨਹੀਂ ਹੁੰਦਾ। ਗਰੀਬ ਜਿੰਨਾ ਕੁਛ ਖਾਂਦੇ ਨੇ ਸਭ ਤੰਦਰੁਸਤ ਨੇ, ਜਿੰਨੇ ਫਰਮਾਇਸ਼ ਨਾਲ ਖਾਂਦੇ ਨੇ ਸਭ ਰੋਗੀ ਨੇ। ਦੋ ਵੇਲੇ ਰੋਟੀ ਖਾਂਦੇ ਨੇ, ਤਿੰਨ ਵੇਲੇ ਦੁਆ ਖਾਂਦੇ ਨੇ। ਰੋਟੀ ਤਾਂ ਦੋ ਵੇਲੇ ਖਾਂਦੇ ਨੇ, ਦਵਾਈ ਤਿੰਨ ਵੇਲੇ ਲੈਂਦੇ ਨੇ, ਇੱਕ ਵੇਲੇ ਦਵਾ ਵੱਧ ਲੈਂਦੇ ਨੇ। ਜੇ ਪਿਛਾੜੇ ਦੇ ਟੀਕਾ ਟੂਕਾ ਲਾਉਣਾ ਪੈ ਜਾਓ ਵੱਧ ਦਾ, ਗੁਰੂਕੋਸ ਵੀ ਲੱਗਦਾ ਰਹਿੰਦਾ। ਕਿਉਂ ਹੈ? ਕਰ ਫਰਮਾਇਸ਼ ਖਾਇਆ, ਆਪਣੀ ਮਰਜ਼ੀ ਦਾ ਖਾਂਦੇ ਨੇ। ਮਨ ਤਾਂ ਅੰਧੇ, ਜਨਮ ਗਵਾਇਆ। ਜੇ ਕਰ ਫਰਮਾਇਸ਼ ਖਾਇਆ ਤਾਂ ਮਨ ਅੰਧੇ, ਜਨਮ ਗਵਾਇਆ। ਫਰਮਾਇਸ਼ ਤਾਂ ਮੰਨਦੀ ਹੈ ਨਾ, ਇਹ ਸੰਸਾਰ ਚੱਲਦਾ, ਚੱਲਦਾ ਰਹਿੰਦਾ, ਸੰਸਾਰ ਦੇ ਵਿੱਚ ਚੱਲਦਾ ਔਰ ਚੱਲਦਾ ਰਹਿੰਦਾ, ਔਰ ਰਾਜ ਪ੍ਰਬੰਧ ਇਹ ਚਾਹੁੰਦਾ ਇਹੀ ਚੱਲਦਾ ਰਹੇ, ਰਾਜ ਪ੍ਰਬੰਧ ਇਹੀ ਚਾਹੁੰਦਾ ਚੱਲਦਾ ਰਹੇ। ਰਾਜ ਪ੍ਰਬੰਧ ਹਮੇਸ਼ਾ ਸੱਚ ਤੋਂ ਪਰੇ ਰੱਖਦਾ ਲੋਕਾਂ ਨੂੰ, ਅਗਿਆਨਤਾ 'ਚ ਰੱਖਦਾ। ਪਰ ਜਦ ਰਾਜ ਪ੍ਰਬੰਧ ਆਪ ਦੁਖੀ ਹੁੰਦਾ ਨਾ, ਫਿਰ ਕਦੇ ਕਦੇ ਸੱਚ ਦੀ ਵੀ ਗੱਲ ਕਰਦਾ, ਹੱਕ ਇਨਸਾਫ਼ ਦੀ ਵੀ ਗੱਲ ਕਰਦਾ ਕਦੇ ਕਦੇ। ਜਦ ਉਹਦਾ ਹੀ ਨੱਕੀ ਦਮ ਆ ਜਾਂਦਾ ਨਾ, ਲੋਕ ਕਰ ਦਿੰਦੇ ਨੇ, ਫਿਰ ਉਹ ਸੱਚ ਦੀ ਗੱਲ ਕਰਨ ਲੱਗ ਜਾਂਦੇ ਨੇ। ਪਰ ਜਦ ਸੱਚ ਮੂਹਰੇ ਆਉਂਦਾ ਫਿਰ ਭੱਜ ਲੈਂਦੇ ਨੇ। ਦੋਹੀ ਪਾਸੇ ਮੌਤ ਹੈ ਨਾ, ਝੂਠਾ ਰਾਜੇ ਦੀ ਮੌਤ ਸੱਚ ਤੋਂ ਹੈ, ਝੂਠ ਦੀ ਮੌਤ ਸੱਚ ਤੋਂ। ਉਹ ਰਾਜਾ ਝੂਠਾ, ਜੇ ਕੱਲ੍ਹ ਨੂੰ ਲੋਕਾਂ ਨੇ ਰਾਜਾ ਨਾ ਮੰਨਿਆ ਤਾਂ ਵੀ ਮੌਤ ਹੈ, ਜੇ ਉਹਨੂੰ ਰਾਜਾ ਨਹੀਂ ਮੰਨਦੇ ਤਾਂ ਵੀ ਮੌਤ ਹੈ, ਜੇ ਉਹਨੂੰ ਖਤਰੇ ਬਹੁਤ ਨੇ, ਨੀਂਦ ਨਹੀਂ ਆਉਂਦੀ ਰਾਤ ਨੂੰ, ਦੁਬਦਾ ਹੈ ਦੁਬਦਾ। ਇਸ ਦੁਬਦਾ 'ਚ ਸੰਸਾਰ ਚੱਲਦਾ ਰਹਿੰਦਾ। ਦੁੱਖ ਕੌਣ ਪੈਦਾ ਕਰਦਾ ਸੰਸਾਰ 'ਚ? ਆਪ ਪੈਦਾ ਕਰਦੇ ਹਾਂ ਅਸੀਂ। ਜਾਨਵਰਾਂ ਨੂੰ ਇੰਨੇ ਦੁੱਖ ਨਹੀਂ ਜਿੰਨੇ ਆਦਮੀ ਨੂੰ, ਜਾਨਵਰਾਂ ਨੂੰ ਇੰਨੀ ਚਿੰਤਾ ਨਹੀਂ ਜਿੰਨੀ ਆਦਮੀ ਨੂੰ, ਕੋਈ ਚਿੰਤਾ ਨਹੀਂ ਹੈ ਜਾਨਵਰਾਂ ਨੂੰ। ਆਖਿਰ ਸਭ ਕੁਝ ਕਿੱਥੋਂ ਹੈ?
ਡਿਵੈਲਪਮੈਂਟ ਆਦਮੀ ਦੀ ਬਹੁਤ ਹੋਈ ਹੈ, ਦੁੱਖਾਂ ਵਾਲੇ ਪਾਸੇ ਨੂੰ ਹੋਈ ਹੈ, ਪਰ ਸੁੱਖ ਵਾਲੇ ਪਾਸੇ ਨੂੰ ਨਹੀਂ ਹੋਈ ਹੈ। ਜਿਹੜੇ ਇਹਦੇ ਸੁੱਖ ਨੇ ਉਹਨਾਂ ਨੇ ਵੀ ਦੁੱਖ ਪੈਦਾ ਕੀਤੇ ਹੋਏ ਨੇ। ਜੇ ਵਿਚਾਰ ਨੂੰ ਤਾਂ ਇਹ ਗੱਲ ਸੱਚ ਹੈ, ਜੇ ਨਾ ਵਿਚਾਰ ਨੂੰ ਵਿਦਵਾਨਾਂ ਵਾਲੀ ਗੱਲ ਸੋਚਣ, ਜੇ ਤਾਂ ਅੱਖਾਂ 'ਤੇ ਵਿਸ਼ਵਾਸ ਕਰਨ, ਫਿਰ ਤਾਂ ਗੱਲ ਹੋਰ ਹੈ। ਜੇ ਵਿੱਚੋਂ ਅਸਲੀਅਤ ਲੱਭਣ ਫਿਰ ਕੁਛ ਹੋਰ ਹੈ। ਇਹ ਠੀਕ ਹੈ, ਮੂੰਹ ਦੇ ਵਿੱਚ ਚੀਨੀ ਮਿੱਠੀ ਹੈ, ਹਲਕ ਤੋਂ ਥੱਲੇ ਉੱਤਰਦੀ ਸਾਲੇ ਸਾਰੇ ਕੁਛ ਹੋਰ ਹੋ ਜਾਂਦਾ। ਜੋ ਸਾਨੂੰ ਅੱਖ ਨਾਲ ਦੀਦੇ ਜਾਂ ਵਿਚਾਰਦੇ ਹਾਂ, ਬਿਲਕੁਲ ਉਲਟਾ ਗੱਲ ਹੈ ਸਾਰੀ। ਇਸੇ ਕਰਕੇ ਕਿਹਾ ਜੋ ਆਦਮੀ ਮੰਗਦਾ ਹੈ ਪਰਮੇਸ਼ੁਰ ਤੇ ਆਪਣੀ ਮਰਜ਼ੀ ਨਾਲ, ਗੁਰਬਾਣੀ ਨੂੰ ਛੱਡ ਕੇ ਜੇ ਕੁਛ ਮੰਗਦਾ ਹੈ ਤਾਂ ਬਿਨ ਤੁੱਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਗੁਰਬਾਣੀ ਦਏ ਕਹਿੰਦੀ। ਪਰਮੇਸ਼ੁਰ ਦਾ ਇਹ ਕਹਿੰਦਾ ਵੀ ਜੋ ਤੂੰ ਆਪਣੀ ਮਰਜ਼ੀ ਨਾਲ ਮੰਗ ਰਿਹਾ ਨਾ, ਉਹ ਦੁੱਖਾਂ ਦੇ ਸਿਰ ਤੇ ਹੋਰ ਦੁੱਖ ਹੈ। ਦੁੱਖ ਤਾਂ ਪਹਿਲਾਂ ਹੀ ਪੰਡ ਚੱਕੀ ਆ, ਉਹਨੇ 'ਚ ਵਾਧਾ ਕਰ ਰਿਹਾ ਦੁੱਖਾਂ 'ਚ। ਸਿਰ ਤੇ ਜੋ ਦੁੱਖਾਂ ਦੀ ਪੰਡ ਚੱਕੀ ਹੋਈ ਆ, ਹੋਰ ਦੁੱਖ ਲੱਦ ਰਿਹਾ ਉਹਦੇ ਸਿਰ ਦੁੱਖਾਂ ਕੇ। ਉਹ ਪੰਡ 'ਚ ਹੋਰ 2 ਕਿਲੋ ਦੁੱਖ ਪਾ ਰਿਹਾ, ਪੰਡ ਭਾਰੀ ਹੋ ਰਹੀ ਆ ਦੁੱਖਾਂ ਦੀ। ਗੁਰਬਾਣੀ ਇਹ ਕਹਿੰਦੀ ਹੈ, ਪੜ੍ਹਦੇ ਰੋਜ਼ ਆ ਪੰਕਤੀ, ਅਰਥ ਕੀ ਆ ਕੋਈ ਪਤਾ ਹੋਊਗਾ, ਚਲੋ ਮਰਜ਼ੀ ਹੋਵੇ ਹੋ ਅਰਥ, ਅਸੀਂ ਕੀ ਲੈਣਾ। ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖਿਆ, ਸੰਤੋਖਿਆ ਜਿਹਨੂੰ ਨਾਮ ਦਿੱਤਾ ਉਹਨੂੰ ਸੰਤੋਖ ਕਰਾਤਾ, ਸੰਤੋਖ ਦਿੱਤਾ ਜਿਹਨੂੰ ਨਾਮ ਦਿੱਤਾ ਉਹਨੂੰ ਸੰਤੋਖ ਹੋ ਗਿਆ। ਉਹ ਮੰਗਦਾ ਹੀ ਨਹੀਂ ਕੁਛ, ਉਹ ਕੀ ਹੈ ਦੇ ਖਾਜਾ ਹੈ ਸੰਤੋਖਿਆ। ਸੰਤੋਖਿਆ ਫਰਕ ਹੈ, ਸੰਤੋਖ ਦਿੱਤਾ ਜਿਹਨੂੰ ਨਾਮ ਦਿੱਤਾ, ਸੰਤੋਖੀ ਬਣ ਗਿਆ। ਦੇ ਨਾਮ ਸੰਤੋਖਿਆ ਤੇ ਉਤਰੇ ਮਨ ਕੀ ਭੁੱਖ, ਉਹਦੀ ਮਨ ਦੀ ਭੁੱਖ ਉਤਰ ਗਈ। ਇਹ ਤਾਂ ਮਨ ਦੀ ਭੁੱਖ ਹੈ ਸਾਰੀ, ਮਨ ਦੀ ਤਨ ਦੀ ਭੁੱਖ ਹੁੰਦੀ ਨਹੀਂ, ਤਨ ਦੀ ਲੋੜ ਹੁੰਦੀ ਹੈ। ਸਰੀਰ ਦੀ ਲੋੜ ਹੁੰਦੀ ਹੈ, ਭੁੱਖ ਨਹੀਂ ਹੁੰਦੀ, ਮਨ ਦੀ ਭੁੱਖ ਹੁੰਦੀ ਹੈ। ਇਸ ਕਰਕੇ ਦੇ ਖਾਜਾ ਜੋ ਦਿੰਦਾ ਖਾ ਲਓ ਚੁੱਪ ਕਰਕੇ, ਉਹਨੇ ਜੋ ਦਿੱਤਾ ਡਾਕਟਰ ਨੇ ਜੋ ਦਿੱਤਾ ਉਹ ਠੀਕ ਦਿੱਤਾ, ਤੁਸੀਂ ਆਪਣੀ ਮਰਜ਼ੀ ਨਾਲ ਨਾ ਖਾਓ ਕੁਛ, ਬਿਮਾਰੀ ਵੱਧ ਜੂਗੀ, ਸਿਰ ਦੁੱਖਾਂ ਦੇ ਦੁੱਖ ਹੋ ਜੂਗਾ। ਇਹੀ ਠੀਕ ਹੈ ਜੋ ਅੱਜ ਮੈਨੂੰ ਮਿਲਿਆ ਖਾਣ ਲਈ, ਇਹੀ ਮੇਰੀ ਸਿਹਤ ਵਾਸਤੇ ਠੀਕ ਹੈ, ਇਹੀ ਮੇਰੇ ਫਾਇਦੇ 'ਚ ਹੈ। ਇਹ ਮੰਨ ਕੇ ਜੇ ਕਰੇ ਫਿਰ ਭਾਣੇ 'ਚ ਹੈ, ਫਿਰ ਹੁਕਮ 'ਚ ਹੈ। ਜੇ ਆਪਣੇ ਭਾਣੇ ਚੱਲੇ ਆਪਣੀ ਮਰਜ਼ੀ ਹੁਕਮ ਕੀ ਹੈ ਮਨ ਭਾਵਦੇ, ਫਿਰ ਅੱਗੇ ਕੀ ਆ ਰਾਹ ਭੀੜੇ ਅੱਗੇ ਜਾਵਣਾ। ਫਿਰ ਐਕਸਪਾਇਲਰ ਦੇ ਵਿੱਚ ਖਲ ਪਾਈ ਹੁੰਦੀ ਹੈ ਨਾ, ਸਰੋਂ ਪਾਈ ਹੁੰਦੀ ਹੈ, ਜਿਵੇਂ ਜਿਉਂ ਅੱਗੇ ਜਾਂਦੀ ਹੈ ਭੀੜਾ ਹੋ ਜਾਂਦਾ ਨਾ, ਬਸ ਫਿਰ ਤੇਲ ਤੂਲ ਕੇ ਸਰੋਂ ਦਾ ਕੁਛ ਹੋਰ ਹੀ ਬਣਾ ਦਿੰਦਾ, ਪਛਾਣ ਹੀ ਨਹੀਂ ਹੁੰਦੇ ਦਾਣੇ ਕਿੱਧਰ ਗਏ। ਤੱਤ ਇੱਕ ਪਾਸੇ ਕੱਢ ਦਿੰਦਾ, ਖਲ ਇੱਕ ਪਾਸੇ ਹੋ ਜਾਂਦੀ, ਫਿਰ ਕੀ ਰਹਿ ਜਾਂਦੀ ਹੈ, ਸਵਾਦ ਦੀ ਢੇਰੀ ਬਣ ਜਾਂਦੀ ਹੈ, ਤੱਤ ਰਹਿੰਦਾ ਹੀ ਨਹੀਂ ਵਿੱਚ। ਰਾਹ ਭੀੜੇ ਅੱਗੇ ਜਾਵਣਾ, ਸਰੋਂ ਜਾਂਦੀ ਹੈ ਰਾਹ, ਤਿਲ ਜਾਂਦਾ ਰਾਹ ਭੀੜੇ ਅੱਗੇ ਐਕਸਪੈਲਰ ਦੇ ਵਿੱਚ, ਉਹਨਾਂ ਨੂੰ ਪੁੱਛ ਕੇ ਦੇਖੋ ਕੀ ਹਾਲ ਹੈ। ਜਿਉਂ ਜਿਉਂ ਅੱਗੇ ਜਾਣਾ ਟਾਈਟ ਹੋਈ ਜਾਣਾ, ਤੇਲ ਇੱਕ ਪਾਸੇ ਨਿਕਲ ਜਾਂਦਾ ਸਾਰਾ, ਇਹਦਾ ਇਲ ਫਰੇਸਤਾ ਤਿਲ ਪੀੜੇ ਕਾਂਢਣੀ। ਜੇ ਮੈਂ ਕਹਾਣੀ ਜਾਂ ਤੇਲ ਪੀੜ ਦਿੰਦਾ ਫਿਰ ਐਂ ਪੀੜਿਆ ਜਾਣਾ, ਸੁਣ ਲਿਆ ਹੋਊ। ਖਬਰਾਂ ਕਿਹਨੂੰ ਕਿਹਾ, ਕਿਸੇ ਨੂੰ ਕਿਹਾ ਹੋਊਗਾ, ਸਾਨੂੰ ਨਹੀਂ ਕਹੀ ਇਹ ਗੱਲ। ਅਸੀਂ ਸੋਚਦੇ ਹਾਂ ਗੁਰਬਾਣੀ ਸਾਡੇ ਵਾਸਤੇ ਨਹੀਂ ਹੈ, ਕਿਸੇ ਵਾਸਤੇ ਹੋਊਗੀ। ਰੱਬ ਤਾਂ ਮੇਰਾ ਖਾਸ ਆਦਮੀ ਹੈ, ਮੈਂ ਤਾਂ ਗੁਰਦੁਆਰੇ ਰੋਜ਼ ਮੱਥਾ ਟੇਕਦਾ। ਇਸ ਕਰਕੇ ਭੁਲੇਖੇ 'ਚ ਨੇ ਸਾਰੇ। ਦੇ ਖਾਜਾ ਆਖ ਗਵਾਈ ਹੈ, ਆਖਣ ਦਾ ਕੀ, ਮੰਗ ਕੇ। ਜੇ ਮੰਗ ਲਈਏ ਨਾ ਕੁਛ ਵੀ, ਆਹ ਠੀਕ ਨਹੀਂ ਹੈ, ਆਖ ਦਈਏ ਕੁਛ, ਉਹ 'ਤੇ ਟਿੱਪਣੀ ਕਰ ਦਈਏ, ਬਸ ਸਮਝ ਲਗਵਾ ਲਈਏ ਉਹਦੇ ਨਾਲ, ਉਹਦੇ ਹੁਕਮ ਦੀ ਅਦੂਲੀ ਕਰਕੇ
ਕੋਰਟ ਦੇ ਹੁਕਮ ਤੇ ਟਿੱਪਣੀ ਕਰਕੇ ਕੰਨੇ ਮਾ ਕੋਰਟ ਲੱਗ ਜਾਂਦਾ, ਟਿੱਪਣੀ ਨਹੀਂ ਕਰ ਸਕਦਾ, ਸਿਰ ਮੱਥੇ ਮੰਨਣਾ ਠੀਕ ਹੈ। ਉੱਥੇ ਟਿੱਪਣੀ ਕੀਤੀ ਨਹੀਂ, ਚਾਹੇ ਮਨ ਦੇ ਵਿੱਚੇ ਕਰੇ, ਉਹ ਤਾਂ ਮਨ ਦੀ ਵੀ ਜਾਣਦਾ। ਜੇ ਬਾਲਾ ਚੰਗਾ ਨਹੀਂ ਲੱਗਿਆ, ਟਿੱਪਣੀ ਹੋ ਗਈ ਨਾ, ਜੋ ਦਿੱਤਾ ਖਾਣ ਨੂੰ ਚੰਗਾ ਨਹੀਂ ਲੱਗਿਆ, ਬਸ ਕੰਨੇ ਮਾ ਕੋਰਟ ਲੱਗ ਗਿਆ, ਲਾਗੂ ਹੋ ਗਿਆ। ਆਖ ਗਵਾਈ ਹੈ ਉਹਦੇ ਨਾਲ ਗਵਾ ਲਈ, ਉਹ ਕਹਿੰਦਾ ਇਹ 'ਚ ਖੋਟ ਹੈ, ਖੋਟ ਲਿਖੀ ਗਈ, ਖੋਟਾ ਹੈ, ਖੋਟਾ ਹੈ, ਖੋਟ ਹੈ। ਜੇ ਭਾਣੇ 'ਤੇ ਟਿੱਪਣੀ ਕਰਤੀ ਖੋਟ ਹੈ, ਉਹ ਖੋਟ ਕਰ ਮੂਹਰੇ ਅੜ ਰਹੀ ਹੈ, ਉਹੀ ਤਾਂ ਖੋਟ ਹੈ, ਹੋਰ ਖੋਟ ਕੀ ਹੁੰਦੀ ਹੈ। ਮਨ ਵਿੱਚ ਖੋਟ ਹੈ ਉਹਦੇ, ਆਪਣੀ ਮਰਜ਼ੀ ਮੁਤਾਬਕ ਚਾਹੁੰਦਾ, ਇਹੀ ਖੋਟ ਹੈ। ਰਾਜੇ ਦੀ ਮਰਜ਼ੀ ਅਨੁਸਾਰ ਨਹੀਂ ਚਾਹੁੰਦਾ। ਰਾਜਾਂ ਦੇ CID ਰੱਖੀ ਹੁੰਦੀ ਹੈ, ਕਿਹੜਾ ਅਹਿਲਕਾਰ, ਕਿਹੜਾ ਵਜ਼ੀਰ, ਕਿਹੜਾ ਕੋਈ ਆਦਮੀ ਦੇ ਅੰਦਰ ਸਰਕਾਰ ਦੇ ਫਰਮਾਨਾਂ ਦੇ ਖਿਲਾਫ ਥੋੜ੍ਹੀ ਬਹੁਤ ਰਹਿੰਦੀ ਹੈ, ਉਹ CID ਰਹਿੰਦੀ ਉਹਨਾਂ 'ਚ। ਜਿਹੜੇ ਅੱਜ ਥੋੜ੍ਹੀ ਆ, ਕੱਲ੍ਹ ਨੂੰ ਜ਼ਿਆਦਾ ਹੋ ਜੂ, ਉਹ ਬਗਾਵਤ ਕਰੂਗਾ, ਕਿਸੇ ਵੇਲੇ ਵੀ ਬਗਾਵਤ ਕਰ ਸਕਦਾ। ਜਿਹੜਾ ਸਰਕਾਰ ਜੋ ਕਹਿ ਰਿਹਾ, ਰਾਜਾ ਜੋ ਕਹਿ ਰਿਹਾ, ਠੀਕ ਹੈ, ਗਲਤ ਕਰਤਾ, ਬੁਰਾ ਕਰਤਾ, ਉਹ ਠੀਕ ਹੀ ਠੀਕ ਬਣਦਾ, ਉਹਦਾ ਫਰਮਾ ਬਰਦਾਰ ਹੁੰਦਾ, ਉਹਦਾ ਵਿਸ਼ਵਾਸ ਕਰਦਾ। ਜਿਹੜਾ ਥੋੜ੍ਹਾ ਬਹੁਤ ਮਨਿਸਟਰ ਨੇ, ਹੁਣ ਪ੍ਰਾਈਮ ਮਨਿਸਟਰ ਜਿਹੜੇ ਸ਼ਕਤੀਸ਼ਾਲੀ ਹੁੰਦਾ, ਬਹੁਤ ਜ਼ਿਆਦਾ ਜ਼ਿੰਮੇਦਾਰਾ ਸੀ, ਜਦ ਪਤਾ ਲੱਗਦਾ ਸੀ ਫਲਾਨਾ ਕੋਈ ਮਨਿਸਟਰ ਮੇਰਾ ਅੰਦਰੋਂ ਜਾਂ ਪਾਰਟੀ ਦਾ ਕੋਈ ਆਦਮੀ ਅੰਦਰੋਂ ਮੇਰੇ 'ਤੇ ਟਿੱਪਣੀ ਕਰਦਾ, ਉਹਨੂੰ ਪਤਾ ਲੱਗ ਜਾਵੇ, ਬਸ ਜਦੇ ਉਹਦੀ ਫੰਗ ਕੱਟਣੇ ਸ਼ੁਰੂ ਕਰ ਦਿੰਦੇ, ਜਦੇ ਸ਼ੁਰੂ ਕਰਦਾ ਵੀ ਆਦਮੀ ਇਹ ਮੇਰੇ ਕਿਸੇ ਦਿਨ ਅੱਗੇ ਆਊਗਾ, ਇੱਥੇ ਅਸੀਂ ਕਰਦੇ ਹਾਂ, ਉਹ ਕਦੇ ਨਹੀਂ ਕਰੂਗਾ। ਹਾਲਾਂਕਿ ਉਹਨੂੰ ਖਤਰਾ ਨਹੀਂ ਅੱਗੇ ਆਉਣ ਦਾ ਕਿਸੇ ਦਾ, ਨਾ ਕੁਛ ਕਰ ਸਕਦਾ ਅੱਗੇ ਆ ਕੇ ਉੱਥੇ, ਪਰ ਖੋਟ ਤਾਂ ਉਹਨੇ ਸਿਰਫ ਖੋਟ ਕੱਢਣ ਵਾਸਤੇ ਕਰਦਾ, ਉਹਨੂੰ ਖਤਰਾ ਨਹੀਂ ਕੋਈ ਹੈਗਾ। ਸੱਚਖੰਡ ਵਿੱਚ ਖੋਟ ਪ੍ਰਵਾਨ ਨਹੀਂ ਹੈ। ਜੇ ਸਾਡੇ ਅੰਦਰ ਖੋਟ ਹੈ, ਕਦੇ ਵੀ ਸੱਚਖੰਡ ਦੇ ਨਾਲ ਸਾਡੀ ਰਾਏ ਨਹੀਂ ਮਿਲਣੀ ਜਾ ਕੇ, ਉੱਥੇ ਇੱਕ ਆਦਮੀ ਦੀ ਮਰਜ਼ੀ ਤਾਂ ਹੈ ਨਹੀਂ। ਜੇ ਸਾਡੇ ਅੰਦਰ ਦੇ ਖਾਜਾ ਆਖਦੇ ਅਸੀਂ ਦੇ, ਜੇ ਤਾਂ ਜੋ ਦਿੰਦਾ ਖਾਈ ਜਾਈਏ ਖੁਸ਼ ਹੋ ਕੇ, ਫਿਰ ਤਾਂ ਉਹਨਾਂ ਦੇ ਨਾਲ ਸਾਡੀ ਮਿਲ ਗਈ ਰਾਏ, ਅਸੀਂ ਹੋ ਗਏ ਖੁਸ਼ ਜੋ ਹੋ ਰਿਹਾ ਉੱਥੇ ਉਹਦੇ ਨਾਲ, ਫਿਰ ਤਾਂ ਲੱਗਦਾ ਸਾਨੂੰ ਭਾਣਾ ਮਿੱਠਾ, ਨਹੀਂ ਤਾਂ ਮਿੱਠਾ ਨਹੀਂ ਲੱਗਦਾ ਭਾਣਾ। ਜਿੰਨਾ ਚਿਰ ਭਾਣਾ ਮਿੱਠਾ ਨਹੀਂ ਲੱਗਦਾ, ਕਿਤੇ ਕੋਈ ਗੜਬੜ ਹੈ, ਉਹਨਾਂ ਚਿਰ ਤੁਹਾਡੀ ਐਂਟਰੀ ਨਹੀਂ ਹੈ, ਉਹ ਰੁਕਾਵਟ ਐਂਟਰੀ 'ਚ ਬਣ ਜੂਗੀ ਤੁਹਾਡੀ ਖੋਟ। ਗੱਲ ਇਹ ਹੈ, ਉੱਥੇ ਉਹਨਾਂ ਨੂੰ ਕੋਈ ਵਿਰੋਧ ਨਹੀਂ, ਨਾ ਕੋਈ ਖਤਰਾ ਹੈ ਸਾਡੇ ਤੋਂ, ਸਿਰਫ ਦੇਖਿਆ ਜਾਣਾ ਵੀ ਇਹ 'ਚ ਬਿਮਾਰੀ 'ਚ ਖੋਟ ਹੈ ਕਿਉਂ ਹੈ। ਉਹ ਖੋਟ ਕੱਢਣ ਵਾਸਤੇ ਉਪਦੇਸ਼ ਦਿੱਤਾ ਵੀ ਖੋਟ ਰੱਖੋਗੇ ਐਂਟਰੀ ਨਹੀਂ ਹੋਣੀ, ਉੱਥੇ ਮਿਲਣੀ ਉਹ ਨਹੀਂ ਐਂਟਰੀ ਜਿੰਨਾ ਚਿਰ ਖੋਟ ਹੈ। ਇਹ ਉਪਦੇਸ਼ ਤਾਂ ਦਿੱਤਾ ਵੀ ਇਹਨਾਂ ਗੱਲਾਂ ਕਰਕੇ ਐਂਟਰੀ ਰੁਕੂਗੀ ਤੁਹਾਡੀ ਸੱਚਖੰਡ ਦੀ। ਇਹ ਖੋਟਾਂ ਰੱਖਣੀਆਂ ਨਹੀਂ ਹਨ ਵਿੱਚ, ਇਹ ਤਾਂ ਦਿੱਤਾ ਉਪਦੇਸ਼। ਹੋਰ ਉਹਨਾਂ ਨੇ ਕੀ ਕਰਾਉਣਾ, ਇੱਥੇ ਰਹਿਣ ਜੇ ਇੱਥੋਂ 400 ਆਦਮੀ 1000 ਆਦਮੀ ਘੱਟ ਜੂ, ਫਿਰ ਕੀ ਫਰਕ ਪੈਜੂ, ਇੱਥੇ ਜੀਵ ਵਧੇਰੇ ਨੇ, ਇੱਥੇ ਕੋਈ ਨਹੀਂ ਫਰਕ ਪੈਂਦਾ ਹੈ। ਇੱਥੋਂ ਉੱਥੇ ਚਲੇ ਜਾਣਗੇ, ਉੱਥੋਂ ਇੱਥੇ ਆ ਜਾਣਗੇ, ਉੱਥੋਂ ਤਾਂ ਖੈਰ ਇੱਥੇ ਕੋਈ ਆਉਂਦਾ ਹੀ ਨਹੀਂ। ਇੱਥੋਂ ਜੇ ਉੱਥੇ ਘੱਟ ਵੱਧ ਚਲੇ ਜਾਣਗੇ, ਉਹਨਾਂ ਰਾਸ਼ਨ ਨੂੰ ਖਰਾਬ ਹੋ ਜੂਗਾ, ਇੱਥੇ ਕੋਈ ਕਮੀ ਹੈ ਕਿਸੇ ਚੀਜ਼ ਦੀ। ਜੋ ਕੁਛ ਪਾਇਆ ਸੋ ਇੱਕ ਵਾਰ ਉਹਨੇ, ਕੋਈ ਵਾਰ ਬਥੇਰਾ ਕੁਛ ਪਾ ਦਿੱਤਾ। ਹਾਂਜੀ, ਜੇ ਲੋੜਾਂ ਚੰਗਾ ਆਪਣਾ ਕਰ ਪੁੰਨਹੋਂ ਨੀਚ ਸਲਾਈ ਹੈ। ਅਗਲੀ ਪੰਕਤੀ ਇਹੀ ਕਹਿ ਰਹੀ ਹੈ, ਜੇ ਲੋੜਾਂ ਚੰਗਾ ਆਪਣਾ, ਜੇ ਤੂੰ ਇਹ ਸਮਝਦਾ ਹੈ, ਲੋੜਦਾ ਹੈ, ਚਾਹੁੰਦਾ ਹੈ ਕਿ ਮੇਰਾ ਚੰਗਾ ਹੋਵੇ, ਗਾਹਾਂ ਦਾ ਭਵਿੱਖ ਮੇਰਾ ਚੰਗਾ ਹੋਵੇ, ਆਪਣੇ ਆਪ ਨੂੰ ਨੀਵਾਂ ਮੰਨ ਲੈ। ਨੀਚ ਦਾ ਮਤਲਬ ਨੀਵਾਂ ਹੁੰਦਾ, ਵੀ ਜੋ ਦੇ ਦਿੱਤਾ ਮੈਂ ਇਸੇ ਦੇ ਲਾਇਕ ਸੀਗਾ, ਮੇਰੇ 'ਚ ਕਮੀ ਸੀ, ਮੈਂ ਲੈ ਕੇ ਛਿੱਤਰਾਂ ਦੇ ਸੀ, ਮੈਂ ਇਸ ਘਟੀਆ ਖੁਰਾਕ ਦੇ ਹੀ ਲਾਇਕ ਸੀ, ਮੇਰੀ ਉਹ ਕਮੀ ਹੈ, ਇਹ ਵੀ ਦਵਾਈ ਹੈ ਮੇਰੀ।
ਜੇ ਲੋੜੇ ਚੰਗਾ ਆਪਣਾ ਤਾਂ ਆਪਣੇ ਆਪ ਨੂੰ ਗੁਰੂ ਨਹੀਂ ਕਹਾਈਦਾ ਹੁੰਦਾ, ਪੀਰ ਨਹੀਂ ਕਹਾਈਦਾ ਹੁੰਦਾ, ਭਗਤ ਵੀ ਨਹੀਂ ਕਹਾਈਦਾ ਹੁੰਦਾ, ਦਾਸ ਕਹਾਈਦਾ ਹੁੰਦਾ, ਬ੍ਰਹਮ ਗਿਆਨੀ ਨਹੀਂ ਕਹਾਈਦਾ ਹੁੰਦਾ, ਬੋਰਡ ਨਹੀਂ ਲਾਈਦੇ ਹੁੰਦੇ ਜੇ ਚੰਗਾ ਲੋੜਦਾ, ਨੀਵਾਂ ਸਦਾਈਦਾ ਹੁੰਦਾ, ਨੀਚਾ ਅੰਦਰ ਨੀਚ ਜਾਤ ਨੀਚੀ ਹਿਮਤ ਨਾਨਕ ਤਿੰਨ ਕੇ ਸੰਗ ਸਾਥ, ਉਹਦੇ ਨਾਲ ਚੱਲਦਾ ਹੁਕਮ, ਉਹਦਾ ਸਾਥ ਦਿੰਦਾ ਉਹ। ਵੱਡਿਆਂ ਸੁਕਾ ਰੀਸ, ਵੱਡਿਆਂ ਤੇ ਅਸੀਂ ਕੀ ਲੈਣੀ ਆ, ਅਸੀਂ ਵੱਡਿਆਂ ਦੀ ਰੀਸ ਕਿਉਂ ਕਰਨੀ ਹੈ। ਵੱਡਿਆਂ ਦੇ ਕਿਹੜਾ ਨੀ ਹੁਕਮ ਚੱਲਦਾ, ਉਹਦਾ ਚੰਦ ਸੂਰ ਤੇ ਨੀ ਹੁਕਮ ਚੱਲਦਾ, ਧਰਤੀ ਤੇ ਨੀ ਚੱਲਦਾ, ਵੱਡੋ ਵੱਡਾ ਵੱਡ ਮੇਦ ਨੀ ਸਿਰੇ ਸਿਰ ਧੰਦੇ ਲਾਏਦਾ, ਉਹ ਵੀ ਹੁਕਮ ਚ ਨੇ। ਧਰਤੀ ਘੁੰਮਦੀ ਹੋ ਕੇ ਕਢਾ ਕੇ ਦਿਖਾਵੇ, ਉਹ ਤੈਨੂੰ ਵੱਡੇ ਨੂੰ ਤਾਂ ਨਾਲੇ ਘੁਮਾਈ ਜਾਂਦੀ ਹੈ, ਜਿਹੜੀ ਨਾਲੇ ਉਹਦੇ ਬੈਠਾ ਹੀ ਘੁੰਮੀ ਜਾਂਦਾ, ਉਹ ਚੀਜ਼ ਵੱਡੀ ਹੈ ਕਿ ਤੂੰ ਵੱਡਾ। ਮੈਂ ਧਰਤੀ ਦਾ ਰਾਜਾ, ਪ੍ਰਥਵੀ ਦਾ ਤੂੰ ਰਾਜਾ, ਫਿਰ ਰੋਕ ਲੈਣ ਜਲਦੀ ਨੂੰ ਜਾਂ ਤੇਜ਼ ਕਰ ਦੇ, ਤੇਜ਼ ਘੁਮਾ ਕੇ ਦਿਖਾ ਦੇ, ਇਹਨੂੰ ਸਲੋ ਕਰ ਦੇ, ਇਹਦੇ ਮੌਸਮ ਬਦਲ ਦੇ, ਇੱਕ ਦੋ ਚਾਰ ਤੱਤ ਹੋਰ ਬਣਾ ਦੇ ਜਾਂ ਘਟਾ ਦੇ, ਕੁਛ ਨਹੀਂ ਕਰ ਸਕਦਾ। ਰਾਜ ਤਾਂ ਹੈ ਧਰਤੀ ਦਾ ਤੇਰਾ, ਜੇ ਧਰਤੀ ਤੇਰੇ ਹੁਕਮ ਨਾਲ ਚੱਲੇ, ਤੇਰੀ ਇੱਛਾ ਅਨੁਸਾਰ ਚੱਲੇ, ਜੇ ਤੇਰਾ ਕੰਟਰੋਲ ਹੀ ਨਹੀਂ ਹੈ ਰਾਜਾ ਦਾ, ਰਾਜਾ ਹੁੰਦਾ ਜਿਹਦਾ ਕੰਟਰੋਲ ਹੋਵੇ, ਕੋਈ ਹਰ ਸਮਾਨ ਨਹੀਂ ਰਾਜਾ, ਰਾਜਾ ਉਹਦਾ ਕੰਟਰੋਲ ਹੈ, ਪੌੜ ਉਹਦੇ ਹੁਕਮ ਚੱਲਦੀ ਹੈ, ਪਾਣੀ ਉਹਦੇ ਹੁਕਮ ਚੱਲਦਾ, ਧਰਤੀ ਉਹਦੇ ਹੁਕਮ ਚੱਲਦੀ ਹੈ, ਚੰਦ ਸੂਰਜ ਉਹਦੇ ਹੁਕਮ ਚੱਲਦੇ ਨੇ, ਰਾਜਾ ਹੋਵੇ ਕਿ ਰਾਜਾ ਤੂੰ ਹੈ। ਇਹ ਤਾਂ ਰਾਜੇ ਤਾਂ ਰਾਜੇ, ਇਹ ਤਾਂ ਰਾਜਾਂ ਦੇ ਦਾਸ ਵੀ ਨਹੀਂ ਹਨ, ਉਹ ਰਾਜੇ ਦੇ ਤਾਂ ਦਾਸ ਵੀ ਨਹੀਂ, ਰਾਜੇ ਦੇ ਦਾਸ ਤਾਂ ਭਗਤ ਹੁੰਦੇ ਨੇ, ਉਸ ਰਾਜੇ ਹਰ ਦੇ ਦਾਸ ਕੌਣ ਨੇ, ਭਗਤ ਨੇ, ਜਿਹੜੇ ਰਾਜੇ ਤਾਂ ਹੰਕਾਰੀ ਨੇ। ਇਹ ਤਾਂ ਹੰਕਾਰੀ ਨੇ, ਝੂਠੇ ਨੇ, ਜਿਹੜੇ ਰਾਜ ਬਣਦੇ ਨੇ। ਜੇ ਜਰਵਾਣਾ ਪਰਹਰ ਹੈ, ਜਰ ਵੇਸ ਕਰੇਂਦੀ ਆਈ ਹੈ। ਜੇ ਕੋਈ ਜਰਵਾਣਾ ਬਣ ਕੇ ਆਪਣੇ ਆਪ ਨੂੰ, ਇਹ ਤੋਂ ਵਾਗੀ ਹੋ ਜਾਵੇ ਇਸ ਗੱਲ ਤੋਂ, ਉੱਤੇ ਜੋ ਕਿਹਾ ਹੋਇਆ ਪਰਹਰ ਹੈ ਨੂੰ ਪਰੇ ਸੁੱਟ ਦੇਵੇ ਚੱਕ ਕੇ, ਵੀ ਅਸੀਂ ਨੀ ਮੰਨਦੇ ਇਹਨੂੰ, ਉੱਪਰ ਕਹੀ ਹੋਈ ਗੱਲ ਨੂੰ ਰੱਦੀ ਦੀ ਟੋਕਰੀ ਸੁੱਟ ਦੇਵੇ ਜੇ ਕੋਈ ਜਰਵਾਣਾ, ਜੋ ਕਿਹਾ ਹੋਇਆ ਉੱਤੇ, ਕਹਿਤੀਆਂ ਨਾ ਦੋ ਪੰਕਤੀਆਂ, ਸੁੱਟ ਦੇਵੇ ਚੱਕ ਕੇ ਰੱਦੀ ਟੋਕਰੀ 'ਚ, ਜਾਓ ਲੈ ਜਾਓ ਅਸੀਂ ਨੀ ਮੰਨਦੇ। ਕਹਿੰਦਾ ਦੇਖ ਲਵੇ ਜਲ ਜਿਹੜੀ ਆ ਰਹੀ ਹੈ, ਬੁਢਾਪਾ ਆ ਰਿਹਾ ਉਦੋਂ ਮੰਨ ਜੂਗਾ ਆਪੇ ਸਭ ਕੁਛ, ਬੁਢਾਪੇ ਨੇ ਢਾ ਲੈਣਾ ਥੋੜ੍ਹਾ ਹੀ ਚਿਰ ਹੈ, ਸਭ ਕੁਛ ਮੰਨਣ ਲੱਗ ਜੂਗਾ। ਜਵਾਕਾਂ ਨੇ ਵੀ ਨਹੀਂ ਮੰਨਣੀ, ਜਿਹੜੇ ਇਹਦੇ ਪਾਲੇ ਨੇ ਇਹਦੀ ਗੱਲ, ਉਹਨਾਂ ਨੇ ਵੀ ਨਹੀਂ ਜਾ ਮੰਨਣੀ, ਫੇਰ ਪਤਾ ਲੱਗੂ ਅੱਖਾਂ ਖੁੱਲ ਜਾਣਗੀਆਂ ਇਹਦੀਆਂ, ਹਾਲੇ ਤਾਂ ਚੱਲਦੀਆਂ ਨੇ ਨਾ, ਗੋਡਿਆਂ ਨੇ ਜਵਾਬ ਦੇ ਜਾਣਾ ਉੱਠਣ 'ਤੇ, ਅੱਖਾਂ ਨੇ ਦੇਖਣ 'ਤੇ ਜਵਾਬ ਦੇ ਜਾਣਾ, ਫਿਰ ਇਹਨੂੰ ਐਂ ਲੱਗੂ ਵੀ ਤਾਕਤ ਕਿੱਥੇ ਗਈ, ਜਦ ਤਾਕਤ ਕਿਉਂ ਦੀ ਹੁਣ ਕਿਉਂ ਨਹੀਂ ਹੈ, ਕੌਣ ਲੈ ਗਿਆ, ਕਿੱਥੋਂ ਆਈ ਸੀ, ਇਹਦਾ ਜਵਾਬ ਇਹ ਲੱਭੀ ਜਾਣਾ ਇਹਨੇ, ਫਿਰ ਬੈਠੇ ਨੇ ਇਕੱਲੇ ਨੇ ਮੰਜੇ 'ਤੇ, ਇਸੇ ਦਾ ਜਵਾਬ ਨਹੀਂ ਮਿਲਣਾ, ਫਿਰ ਯਾਦ ਆਊ ਆ ਗੱਲ, ਫਿਰ ਇਹੀ ਗੱਲ ਯਾਦ ਆਊਗੀ, ਗੱਲ ਤਾਂ ਠੀਕ ਸੀ ਪਰ ਜਦ ਤਾਂ ਨਸ਼ਾ ਹੀ ਹੋਰ ਸੀ, ਨਸ਼ੇ ਦੇ ਵਿੱਚ ਜਦ ਬੋਲਦਾ ਸੀ ਗੱਲ ਹੋਰ ਹੁੰਦੀ ਹੈ, ਜਦ ਉਤਰ ਜਾਂਦਾ ਨਸ਼ਾ ਫਿਰ ਗੱਲ ਹੋਰ ਹੁੰਦੀ ਹੈ, ਜਦ ਵੇਸ ਕਰੇਂਦੀ ਆ ਰਿਹਾ ਬੁਢਾਪਾ, ਕਹਿੰਦੇ ਅਟਕ ਥੋੜ੍ਹਾ ਜਿਹਾ, ਉਹ ਆਪਣਾ ਰੂਪ ਲਿਆ ਰਿਹਾ ਬੁਢਾਪਾ, ਤੈਨੂੰ ਜਰ ਨਹੀਂ ਢਾ ਲੈਣਾ, ਬੁਢਾਪੇ ਨੇ ਢਾ ਲੈਣਾ, ਉਹਦੇ ਨਾਲ ਤਾਂ ਕੀ ਲੜਨਾ, ਤੂੰ ਬੁਢਾਪੇ ਤੋਂ ਵੀ ਬਚ ਕੇ ਦਿਖਾ ਦੇ, ਜਰਾ ਰੋ ਕੇ ਰੋਕ ਲਾ ਆਪਣਾ,
ਜਿਹੜਾ ਤੇਰੇ ਸਰੀਰ ਦਾ ਇਹੀ ਰੋਕ ਕੇ ਦਿਖਾ ਦੀ ਨਹੀਂ ਰੁਕਣਾ। ਜਰ ਕੀ ਆ, ਜਰ ਕਾਲ ਦਾ ਦੂਆ ਨਾਮ ਹੈ, ਹੁਕਮ ਦਾ ਹੀ ਦੂਆ। ਹੁਕਮ ਕੀ ਅਕਾਲ, ਇਹ ਵੀ ਹੁਕਮ ਹੈ। ਜਰਾ ਰੋਗ ਭਾਣਾ ਭਾਣਾ ਜੰਮਣ ਮਰਨਾ ਹੁਕਮ ਹੈ। ਹੁਕਮ ਨੇ ਐ ਆ ਚੜ੍ਹਨਾ, ਬਸ ਜਿਵੇਂ ਹਨੇਰੀ ਆ ਚੜ੍ਹਦੀ ਹੈ ਨਹੀਂ ਰੁਕਦੀ। ਹਾਂਜੀ, ਕੋ ਰਹਿ ਨਾ ਭਰੀਐ ਪਾਈਐ, ਕੋ ਰਹਿ ਨਾ ਭਰੀਐ ਪਾਈਐ। ਜਦੋਂ ਕੋਈ ਭਰ ਜਾਂਦਾ ਨਾ ਚੀਜ਼, ਫਿਰ ਉਹ ਡੁੱਬ ਜਾਂਦੀ। ਘੜਾ ਭਰ ਜਾਂਦਾ ਡੁੱਬ ਜਾਂਦਾ। ਇਹ ਖਾਲੀ ਹੋ ਜਾਂਦਾ ਜਾਂ ਡੁੱਬ ਜਾਂਦਾ, ਉਹ ਦੋ ਚੀਜ਼ਾਂ ਨੇ। ਜੇ ਤਾਂ ਘੜਾ ਘਰ ਨੂੰ ਲੈ ਜਾਈਏ ਤਾਂ ਖਾਲੀ ਹੋ ਜਾਂਦਾ, ਖਾਲੀ ਕਰਨਾ ਹੀ ਹੈ, ਪੀਣ ਨੂੰ ਨਹੀਂ ਜਾਣਾ ਪਾਣੀ। ਇਹਦਾ ਭਰਿਆ ਨੂੰ ਸਕਨਾਵਾ, ਰੀਤੇ ਭਰੇ ਭਰੇ ਸਕਨਾਵਾ, ਭਰੇ ਸਕਨਾਵਾ। ਇਹ ਤਾਂ ਜਿਹੜੇ ਖਾਲੀ ਨੇ ਉਹਨੂੰ ਭਰ ਕੇ ਭਰਿਆ ਨੂੰ ਖਾਲੀ ਕਰਦਾ ਰਹਿੰਦਾ। ਇਹ ਕੰਮ ਹੈ, ਆਦਮੀ ਵੀ ਇਹੀ ਕਰਦਾ। ਟੰਕੀ ਭਰ ਲਈ, ਖਾਲੀ ਕਰ ਲਈ, ਆਪੇ ਭਰਦੇ ਨੇ, ਆਪੇ ਖਾਲੀ ਕਰ ਦਿੰਦੇ ਨੇ, ਕਿਉਂ ਪਾਣੀ ਵਰਤਦੇ ਆ ਖਾਲੀ ਹੋ ਜਾਂਦਾ। ਭਰਿਆ ਹੋਇਆ ਖਾਲੀ ਹੋਣਾ ਹੀ ਹੋਣਾ। ਜਿਹੜੇ ਸਾਨੂੰ ਸਾਹ ਮਿਲ ਗਏ ਉਹ ਖਾਲੀ ਹੋਏ ਜਾਣੇ ਨੇ। ਪਾਈ ਹੁੰਦੀ ਸੀ ਇੱਕ, ਟਾਈਮ ਦੇਖਣ ਵਾਲੀ ਹੁੰਦੀ ਸੀ ਘੜੀ, ਅੱਗੇ ਨਾ ਇੱਕ ਘੜੇ ਵਾਂਗੂ ਹੁੰਦਾ ਸੀ, ਟਾਈਮ ਦੇਖਦੇ ਸੀ। ਉਹਦੇ 'ਚ ਇੱਕ ਸੁਰਾਖ ਸੀ, ਉਹਦੇ 'ਚ ਇੱਕ ਡਰੋਪ ਪਾਣੀ ਦਾ ਗਿਰਦਾ ਰਹਿੰਦਾ ਸੀ। ਉਹਦੇ ਨਾਲ ਐਸਾ ਹਿਸਾਬ ਸੀਗਾ, ਉਹ ਪਲ ਮਿੰਟ ਸਕਿੰਟ ਉਹਦੇ ਨਾਲ ਸੀ, ਉਹਨੇ ਹਿਸਾਬ ਨਾਲ ਪਾਣੀ ਡਿੱਗਦਾ ਸੀ ਉਹ 'ਚੋਂ। ਟਾਈਮ ਦੇਖਣ ਦਾ ਵੀ ਸੀ ਇੱਕ ਬਣਾਇਆ ਹੋਇਆ ਇਹਨਾਂ ਨੇ, ਉਦੋਂ ਹੈ ਨਹੀਂ ਸੀ ਉਹ ਟਾਈਮ ਦਾ ਕੋਈ ਤਰੀਕਾ। ਛੋਂ ਨਾਲ ਵੀ ਟਾਈਮ ਦੇਖਦੇ ਸੀ, ਛੋਂ ਦਾ ਬੱਦਲ ਹੋਏ ਨਾ ਫਿਰ ਨਹੀਂ ਪਤਾ ਲੱਗਦਾ। ਜੰਤਰ ਮੰਤਰ ਬਣਾਇਆ ਹੈ ਦਿੱਲੀ ਉਹਦੇ ਨਾਲ ਦੇਖਣ ਨੂੰ, ਸੂਰਜ ਦੀ ਛੋਂ ਕਿੱਥੇ ਆਉਂਦੀ ਹੈ। ਪਰ ਜੇ ਬੱਦਲ ਹੋਏ ਨਾ ਚਾਰ ਦਿਨ ਫਿਰ ਕਿਵੇਂ ਦੇਖੇ। ਉਹਦਾ ਪਾਣੀ ਡਿੱਗੀ ਜਾਂਦਾ, ਉਹ ਡਰੋਪ ਉਹਨੇ ਹਿਸਾਬ ਨਾਲ ਡਿੱਗਦਾ, ਉਹਦੇ ਨਾਲ ਟਾਈਮ ਬਣ ਲੈਂਦੇ ਸੀ। ਕਹਿੰਦੇ ਜੇ ਗਲੀ ਹੋਵੇ ਵਿੱਚ ਭਰਦੀ ਹੈ ਉਹਨੂੰ, ਘੜੀ ਨੂੰ ਪਾਣੀ ਨਾਲ, ਉਹਨੇ ਕਿਤੇ ਰਹਿਣਾ, ਚੋ ਜਾਣਾ ਉਹਨੇ ਤਾਂ। ਇਵੇਂ ਜਰਾ ਰੋਗ ਦੇ ਸਾਹਮਣੇ ਕਿੱਡਾ ਹੀ ਜੋਬਨ ਹੋਵੇ ਉਹਨੇ ਹਰ ਜਾਣਾ। ਕਿਸੇ ਦੇ ਵਿੱਚ ਕਿੰਨੀ ਉਹ ਸ਼ਕਤੀ ਹੋਵੇ ਸਰੀਰ ਦੇ ਵਿੱਚ, ਜਰਾ ਰੋਗ ਦੇ ਸਾਹਮਣੇ ਨਹੀਂ ਟਿਕ ਸਕਣਾ। ਉਹਨੇ ਭਰਿਆ ਨਹੀਂ ਰਹਿ ਸਕਦਾ, ਉਹ ਸ਼ਕਤੀਆਂ ਨਹੀਂ ਰਹਿਣੀਆਂ ਇਹਦੇ ਕੋਲ ਭਰੀਆਂ ਹੋਈਆਂ।